ਹੈਲੋ ਦੋਸਤੋ ਮੈਂ ਕੀ ਸਿੰਘ ਰਾਣਾ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਪੰਜਾਬ ਦੇ ਸਾਰੇ ਆਉਣ ਵਾਲੇ ਐਗਜ਼ਾਮਸ ਵਾਸਤੇ ਆਪਾਂ ਨੇ ਪੰਜਾਬ ਜੀਕੇ ਦੀ ਕਲਾਸਾਂ ਸ਼ੁਰੂ ਕਰੀ ਹੋਈਆਂ ਨੇ ਬਿਲਕੁਲ ਥਿਊਰੀ ਵਾਈਸ ਠੀਕ ਹੈ 15 ਕਲਾਸਾਂ ਆਪਣੀ ਹੋ ਚੁੱਕੀਆਂ ਨੇ ਤੇ ਅੱਜ ਬਾਰੀ ਹੈ ਜੀ 16ਵੀਂ ਕਲਾਸ ਕਰਨ ਦੀ ਤੇ ਜੇ ਤੁਸੀਂ ਸਟੂਡੈਂਟ ਚੈਨਲ ਦੇ ਉੱਤੇ ਨਵੇਂ ਹੋ ਪਹਿਲੀ ਗੱਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਇੱਕ ਅਲੱਗ ਤੋਂ ਪਲੇਲਿਸਟ ਤੁਹਾਨੂੰ ਮਿਲ ਜੂਗੀ ਪੰਜਾਬ ਜੀਕੇ ਦੇ ਨਾਂ ਤੋਂ ਠੀਕ ਹੈ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗੀ ਕਮੈਂਟ ਬਾਕਸ 'ਚ ਵੀ ਮਿਲ ਜ ਉੱਥੇ ਤੁਸੀਂ ਪਹਿਲਾਂ ਵਾਲੀ ਸਾਰੀ ਕਲਾਸਾਂ ਲਗਾ ਸਕਦੇ ਹੋ ਠੀਕ ਹੈ ਅੱਜ ਆਪਣੀ ਵਾਰੀ ਹੈ ਜੀ 16ਵੀਂ ਕਲਾਸ ਕਰਨ ਦੀ ਇਹ ਸਾਰਾ ਕੁਝ ਆਪਾਂ ਨੇ ਪੜ ਲਿਆ ਪੰਜਾਬ ਬਾਰੇ ਘੱਟੋ ਘੱਟ ਹੈ ਇਸ ਤੋਂ ਵੱਧ ਦੀ ਆਪਾਂ ਨੇ ਪੜ੍ਹਨਾ ਹੈ ਠੀਕ ਹੈ ਪੰਜਾਬ ਦੀ ਜੀਓਗ੍ਰਾਫੀ ਆਪਾਂ ਪੜ ਚੁੱਕੇ ਹਾਂ ਸਾਰੀ ਕਲਾਸਾਂ ਦੇ ਵਿੱਚ ਪਹਿਲਾਂ ਠੀਕ ਹੈ ਹੁਣ ਹਿਸਟਰੀ ਸ਼ੁਰੂ ਕਰੀ ਹੋਈ ਹੈ ਹਿਸਟਰੀ ਦੇ ਵਿੱਚ ਆਪਾਂ ਤਿੰਨ ਕਲਾਸਾਂ ਆਪਣੀ ਕਰ ਚੁੱਕੇ ਹਾਂ ਐਂਸ਼ੀਅੰਟ ਹਿਸਟਰੀ ਪੜ ਚੁੱਕੇ ਹਾਂ ਮੀਡਾਈਵਲ ਹਿਸਟਰੀ ਪੜ ਚੁੱਕੇ ਹਾਂ ਤੇ ਸਿੱਖ ਹਿਸਟਰੀ ਵੀ ਆਪਾਂ ਸਟਾਰਟ ਕਰੀ ਹੋਈ ਹੈ ਸਿੱਖ ਹਿਸਟਰੀ ਦਾ ਅੱਜ ਦੂਜਾ ਭਾਗ ਹੈ ਠੀਕ ਹੈ ਕਿ ক্লাস ਇਹਦੀ ਸੀਗੀ ਮੀਡੀਵਲ ਦੀ ਦੋ ਸੀਗੀ ਸਿੱਖ ਹਿਸਟਰੀ ਦਾ ਦੂਜੀ ਠੀਕ ਹੈ ਅੱਜ ਮਤਲਬ ਹਿਸਟਰੀ ਦੀ ਸੀ ਕਿ ਹਿਸਟਰੀ ਦੀ ਕਲਾਸ ਦੂਜੀ ਹੈ ਓਕੇ ਬਾਕੀ ਇਹ ਸਾਰਾ ਹਲੇ ਪੋਲੀਟੀ ਆਰਟ ਐਂਡ ਕਲਚਰ ਇਕਨੋਮੀ ਇਹ ਸਾਰਾ ਕੁਝ ਵਾਲੇ ਪੈਂਡਿੰਗ ਹੈ ਬਾਅਦ ਚ ਕਰਾਂਗੇ ਠੀਕ ਹੈ ਚਲੋ ਫਿਰ ਆਪਾਂ ਫੜਾਫੜ ਆਪਣੇ ਟੌਪਿਕ ਤੇ ਸਟਾਰਟ ਕਰਦੇ ਆ ਓਕੇ ਮੇਰੇ ਨਾਲ ਤੁਸੀਂ ਇੱਥੇ ਕਨੈਕਟ ਹੋ ਸਕਦੇ ਹੋ ਬਈ ਇਹ ਵੀ ਜ਼ਰੂਰੀ ਹੈ ਠੀਕ ਹੈ ਇੰਸਟਾਗ੍ਰam ਯੂਜ਼ ਕਰਦੇ ਹੋ ਤਾਂ ਅੰਕਿਤ ਸਿੰਘ ਰਾਣਾ ਦੇ ਨਾਂ ਤੋਂ ਪ੍ਰੋਫਾਈਲ ਹੈ ਟੈਲੀਗ੍ਰam ਯੂਜ਼ ਕਰਦੇ ਹੋ ਤਾਂ ਅੰਕਿਤ ਸਿੰਘ ਰਾਣਾ ਅਫੀਸ਼ੀਅਲ ਦੇ ਨਾਂ ਤੋਂ ਟੈਲੀਗ੍ਰam ਚੈਨਲ ਹੈਗਾ ਹੈ ਅਕੈਡਮੀ ਨਾਲ ਇੱਥੇ ਕਨੈਕਟ ਹੋ ਸਕਦੇ ਹੋ ਇੰਸਟਾਗ੍ਰam ਤੇ ਵੀ ਟੈਲੀਗ੍ਰam ਤੇ ਵੀ ਇਹ ਦੋ ਨੰਬਰ ਅਕੈਡਮੀ ਦੇ ਹੈਗੇ ਆ ਕੋਈ ਕੁਇਰੀ ਕੋਈ ਡਾਊਟ ਕੁਛ ਵੀ ਹੈ ਕਨੈਕਟ ਹੋ ਸਕਦੇ ਹੋ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਜੇ ਕਰਨੀ ਹੈ ਹਨਾ ਪੇਡ ਕੋਰਸਿਸ ਇੱਥੇ ਚੱਲਦੇ ਆ ਜੀ ਪ੍ਰਤਾਪ ਅਕੈਡਮੀ ਐਂਡਰੋਇਡ ਐਪ ਤੇ ਤਾਂ ਇਹ ਐਪ ਜਰੂਰ ਡਾਊਨਲੋਡ ਕਰ ਲਓ ਜੇ ਆਈਫੋਨ ਯੂਜ਼ ਕਰਦੇ ਹੋ ਤਾਂ ਐਪ ਦਾ ਨਾਮ ਹੈਗਾ ਜੀ ਮਾਈ ਇੰਸਟੀਚਿਊਟ ਠੀਕ ਹੈ ਬਾਕੀ ਇਹ ਪੰਜਾਬ ਜੀਕੇ ਦੀ ਜਿਹੜੀ ਕਲਾਸਾਂ ਚੱਲ ਰਹੀਆਂ ਇਹਨਾਂ ਦੀ ਪੀਡੀਐਫ ਜੇ ਤੁਸੀਂ ਪੀਡੀਐਫ ਚਾਹੁੰਦੇ ਹੋ ਤਾਂ ਉਹ ਤੁਹਾਨੂੰ ਪੇਡ ਮਿਲੂਗੀ ਜੀ ਐਪ ਦੇ ਉੱਤੇ ਹੀ ਬਾਕੀ ਜੇ ਆਪਣੇ ਹੈਂਡ ਰਿਟਰਨ ਨੋਟਸ ਬਣਾ ਰਹੇ ਹੋ ਫਿਰ ਪੇਡ ਲੈਣ ਦੀ ਕੋਈ ਜ਼ਰੂਰਤ ਹੈਗੀ ਨਹੀਂ ਕਿਉਂਕਿ ਸੇਮ ਹੀ ਕਲਾਸਾਂ ਹੈਗੀਆਂ ਬਸ ਪੇਡ ਦੇ ਵਿੱਚ ਫਰਕ ਕੀ ਹੈ ਪੇਡ ਦੇ ਵਿੱਚ ਤੁਹਾਨੂੰ ਪੀਡੀਐਫ ਮਿਲਦੀ ਹੈ ਹੋਰ ਕੋਈ ਫਰਕ ਨਹੀਂ ਹੈਗਾ ਜਾਂ ਦੋ ਚਾਰ ਕਲਾਸਾਂ ਮਤਲਬ ਪਹਿਲਾਂ ਐਪ ਦੇ ਵਿੱਚ ਪੈ ਜਾਂਦੀਆਂ ਬਾਅਦ ਦੇ ਵਿੱਚ YouTube ਤੇ ਪੈਂਦੀਆਂ ਹੋਰ ਕੁਝ ਨਹੀਂ ਹੈ ਠੀਕ ਹੈ ਓਕੇ ਹਾਂਜੀ ਤਾਂ ਪੰਜਾਬ ਜੀਕੇ ਦੇ ਵਿੱਚ ਆਪਾਂ ਹਿਸਟਰੀ ਪੜ ਰਹੇ ਹਾਂ ਪੰਜਾਬ ਦੀ ਹਿਸਟਰੀ ਦੇ ਵਿੱਚ ਆਪਾਂ ਸਿੱਖ ਹਿਸਟਰੀ ਤੱਕ ਪਹੁੰਚ ਗਏ ਤੇ ਸਿੱਖ ਹਿਸਟਰੀ ਦੇ ਵਿੱਚ ਪਹਿਲਾਂ ਆਪਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੜਿਆ ਫਿਰ ਗੁਰੂ ਅੰਗਦ ਦੇਵ ਜੀ ਨੂੰ ਪੜਿਆ ਤੇ ਫਿਰ ਗੁਰੂ ਅਮਰਦਾਸ ਜੀ ਨੂੰ ਪੜਿਆ ਠੀਕ ਹੈ ਅੱਜ ਬਾਰੀ ਆ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੂੰ ਪੜਨ ਦੀ ਫਿਰ ਆਪਾਂ ਪੰਜਵੇਂ ਗੁਰੂ ਪੜਾਂਗੇ ਜੀ ਫਿਰ ਆਪਾਂ ਛੇਵੇਂ ਗੁਰੂ ਸਾਹਿਬ ਪੜਾਂਗੇ ਠੀਕ ਹੈ ਚਲੋ ਫਿਰ ਆਪਾਂ ਫੜਾਫੜ ਸ਼ੁਰੂ ਕਰਦੇ ਹਾਂ ਹਾਂਜੀ ਤਾਂ ਚੌਥੇ ਗੁਰੂ ਗੁਰੂ ਰਾਮਦਾਸ ਜੀ ਤਾਂ ਪਹਿਲਾਂ ਉਹ ਹੀ ਬੇਸਿਕ ਜੀ ਗੱਲਾਂ ਆਪਾਂ ਦੇਖਦੇ ਹਾਂ ਠੀਕ ਹੈ ਜਨਮ ਜਨਮ ਸਥਾਨ ਮਾਤਾ ਦਾ ਨਾਮ ਪਿਤਾ ਦਾ ਨਾਮ ਠੀਕ ਲਾਈਫ ਨੂੰ ਸਟੱਡੀ ਕਰਦੇ ਆ ਠੀਕ ਹੈ ਬੇਸਿਕ ਦੇਖੋ ਪੂਰੀ ਲਾਈਫ ਤਾਂ ਨਹੀਂ ਸਟੱਡੀ ਕਰ ਸਕਦੇ ਆਪਾਂ ਠੀਕ ਹੈ ਬਟ ਹਾਂ ਜਿਹੜੇ ਪੁਆਇੰਟ ਐਗਜ਼ਾਮ ਪੁਆਇੰਟ ਆਫਨ ਨਾਲ ਇੰਪੋਰਟੈਂਟ ਹੈ ਜਿਨ੍ਹਾਂ ਦੇ ਉੱਤੇ ਕੁਐਸਚਨ ਪੁੱਛੇ ਜਾਂਦੇ ਆ ਬਸ ਆਪਾਂ ਉਹੀ ਡਿਸਕਸ ਕਰਦੇ ਠੀਕ ਹੈ ਅਗੁਰੂ ਰਾਮਦਾਸ ਜੀ ਦਾ ਜਨਮ 1534 ਠੀਕ ਹੈ ਤਾਰੀਖ ਵਗੈਰਾ ਨਾ ਯਾਦ ਰੱਖਿਆ ਕਰੋ ਕਿਉਂਕਿ ਇੱਕ ਤਾਂ ਡਿਸਪਿਊਟ ਹੀ ਹੁੰਦਾ ਹੈ ਅਲੱਗ-ਅਲੱਗ ਬੁੱਕਸ ਦੇ ਵਿੱਚ ਯਾਤਰਾ ਅਲੱਗ-ਅਲੱਗ ਹੀ ਮਿਲਦੇ ਆ ਠੀਕ ਹੈ ਸਨ ਵਗੈਰਾ ਤੁਸੀਂ ਯਾਦ ਰੱਖ ਸਕਦੇ ਹੋ ਬਾਕੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਯਾਦ ਰ ਬਰਥ ਪਲੇਸ ਜਨਮ ਸਥਾਨ ਇਹ ਤਾਂ ਬਾਈ ਆਪਾਂ ਨੂੰ ਸਾਰੇ ਗੁਰੂਆਂ ਦਾ ਪਤਾ ਹੋਣਾ ਚਾਹੀਦਾ ਹੈ ਕਿਹੜੇ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਕਿੱਥੇ ਉਹ ਜੋਤੀ ਜੋਤ ਸਮਾਏ ਚਾਹੀ ਇੱਕ ਅਲੱਗ ਤੋਂ ਤੁਸੀਂ ਲਿਖ ਲਿਓ ਗੁਰੂ ਦਾ ਨਾਮ ਲਿਖ ਕੇ ਅੱਗੇ ਜਨਮ ਸਥਾਨ ਤੇ ਅੱਗੇ ਜੋਤੀ ਜੋਤ ਸਥਾਨ ਸਾਰਿਆਂ ਦੇ ਪਤਾ ਹੋਣੇ ਚਾਹੀਦੇ ਠੀਕ ਹੈ ਪਹਿਲਾਂ ਇਹਨਾਂ ਦਾ ਨਾਂ ਕੀ ਸੀਗਾ ਤਾਂ ਇਹਨਾਂ ਦਾ ਬਚਪਨ ਦਾ ਨਾਂ ਜੇਠਾ ਸੀਗਾ ਜੀ ਭਾਈ ਜੇਠਾ ਜੀ ਆਪਾਂ ਬੋਲਾਂਗੇ ਰਿਸਪੈਕਟ ਦੇ ਵਿੱਚ ਠੀਕ ਹੈ ਸਿੰਪਲ ਜੀ ਗੱਲ ਹੈ ਤਾਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਗੁਰਗੱਦੀ ਮਿਲੀ ਹੈ ਉਸ ਟਾਈਮ ਇਹਨਾਂ ਦਾ ਨਾਂ ਗੁਰੂ ਰਾਮਦਾਸ ਜੀ ਰੱਖਿਆ ਗੁਰੂ ਅਮਰਦਾਸ ਜੀ ਨੇ ਠੀਕ ਹੈ ਤੀਜੇ ਗੁਰੂ ਕੌਣ ਸੀਗੇ ਆਪਣੇ ਗੁਰੂ ਅਮਰਦਾਸ ਜੀ ਉਹਨਾਂ ਨੇ ਨਾਂ ਕੀ ਰੱਖਿਆ ਗੁਰੂ ਰਾਮਦਾਸ ਠੀਕ ਹੈ ਨਾ ਪਿਤਾ ਦਾ ਨਾਂ ਹਰੀਦਾਸ ਠੀਕ ਹੈ ਛੋਡੀ ਖੱਤਰੀ ਸੀਗੇ ਮਾਤਾ ਦਾ ਨਾਂ ਦੇਖੋ ਮਾਤਾ ਦਾ ਨਾਂ ਜateral ਜਿੰਨੀ ਵੀ ਆਪਣੀ ਕੰਪੀਟੀਸ਼ਨ ਵਾਲੀ ਬੁੱਕਸ ਹੈਗੀਆਂ ਸਾਰਿਆਂ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਮਿਲਣਗੇ ਠੀਕ ਹੈ ਮੈਂ ਸਾਰੇ ਹੀ ਲਿਖਿਆ ਇੱਥੇ ਠੀਕ ਹੈ ਤੇ ਅਜਿਹੇ ਜਿਹੜੇ ਮਤਲਬ ਪੁਆਇੰਟ ਹੁੰਦੇ ਆ ਜਿਹੜੇ ਅਲੱਗ-ਅਲੱਗ ਪਤਾ ਹੁੰਦੇ ਆ ਸਾਰਿਆਂ ਨੂੰ ਜਾਂ ਡਿਸਪਿਊਟ ਹੁੰਦਾ ਹੈ ਨਾ ਅਜੀ ਇਹ ਕੁਐਸਚਨ ਆਣ ਦੇ ਚਾਂਸ ਬਹੁਤ ਹੀ ਰੇਅਰ ਹੁੰਦੇ ਹੈ ਕਿ ਤੁਹਾਨੂੰ ਪੁੱਛਿਆ ਜਾਵੇ ਠੀਕ ਹੈ ਫਿਰ ਵੀ ਮੈਂ ਇੱਥੇ ਸਾਰੇ ਮੈਂਸ਼ਨ ਕਰੇ ਹੈ ਕਿਸੇ ਬੁੱਕ ਦੇ ਵਿੱਚ ਦਇਆਵਤੀ ਦੇਵੀ ਲਿਖਿਆ ਮਿਲੇਗਾ ਜੀ ਕਿਸੇ ਦੇ ਵਿੱਚ ਦਇਆਕੋਰ ਲਿਖਿਆ ਮਿਲੇਗਾ ਦਇਆਕੋਰ ਠੀਕ ਹੈ ਕਿਸੇ ਦੇ ਵਿੱਚ ਦਇਆ ਦੇਵੀ ਜਾਂ ਫਿਰ ਕਿਸੇ ਦੇ ਵਿੱਚ ਅਨੂਪ ਦੇਵੀ ਠੀਕ ਹੈ ਤਾਂ ਇਹ ਅਲੱਗ-ਅਲੱਗ ਇਤਿਹਾਸਕਾਰਾਂ ਦੇ ਆਪਣੇ ਅਲੱਗ-ਅਲੱਗ ਮਤ ਹੈ ਠੀਕ ਹੈ ਓਕੇ ਚਲੋ ਜੀ ਹੁਣ ਆਪਾਂ ਲਾਈਫ ਦੇਖਦੇ ਆ ਇਹਨਾਂ ਦੀ ਤਾਂ 7 ਸਾਲ ਦੀ ਇਹਨਾਂ ਦੀ ਉਸ ਟਾਈਮ ਉਮਰ ਸੀਗੀ ਜੀ ਜਦੋਂ ਇਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਠੀਕ ਹੈ ਤਾਂ 7 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋਇਆ ਉਸ ਤੋਂ ਬਾਅਦ ਹੁੰਦਾ ਕੀ ਹੈ ਗੁਰੂ ਜੀ ਦੀ ਜਿਹੜੀ ਨਾਨੀ ਹੁੰਦੀ ਹੈ ਇਹਨਾਂ ਨੂੰ ਆਪਣੇ ਪਿੰਡ ਲੈ ਜਾਂਦੀ ਹੈ ਜੀ ਬਸਰ ਕੇ ਉੱਥੇ ਹੀ ਇਹਨਾਂ ਦਾ ਬਚਪਨ ਬੀਤਦਾ ਤੇ ਜਿਹੜਾ ਪਾਲਣ ਪੋਸ਼ਣ ਹੈ ਇਹਨਾਂ ਦੀ ਨਾਨੀ ਨੇ ਕਰਿਆ ਪਿੰਡ ਬਸਰ ਕੇ ਦੇ ਵਿੱਚ ਠੀਕ ਹੈ ਯਾਦ ਰੱਖਣਾ ਤਾਂ 12 ਸਾਲ ਦੀ ਇਹਨਾਂ ਦੀ ਉਸ ਟਾਈਮ ਉਮਰ ਸੀਗੀ ਤਾਂ ਇਹ ਇੱਕ ਜੱਥੇ ਦੇ ਨਾਲ ਰਲ ਕੇ ਕਿੱਥੇ ਚਲੇ ਜਾਂਦੇ ਹਨ ਗੋਇੰਦਵਾਲ ਸਾਹਿਬ ਚਲੇ ਜਾਂਦੇ ਠੀਕ ਹੈ ਉੱਥੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੇ ਨਾਲ ਠੀਕ ਹੈ ਫਿਰ ਉਹ ਉੱਥੇ ਰਹਿਣ ਲੱਗੇ ਠੀਕ ਹੈ ਜੀ ਉੱਥੇ ਰਹਿਣਾ ਇਹਨਾਂ ਨੂੰ ਪਸੰਦ ਆਇਆ ਅਣ ਜਾਣ ਲੱਗੇ ਉੱਥੇ ਤੇ ਫਿਰ ਆਪਣਾ ਪੂਰਾ ਜੀਵਨ ਆਪਣੀ ਪੂਰੀ ਲਾਈਫ ਇਹਨਾਂ ਨੇ ਗੁਰੂ ਦੀ ਸੇਵਾ ਦੇ ਵਿੱਚ ਬਤਾਈ ਹੈ ਠੀਕ ਹੈ ਤਾਂ ਉਹੀ ਹੈਗੀ ਹੈ ਲਾਈਨ 12 ਸਾਲ ਦੀ ਉਮਰ ਦੇ ਵਿੱਚ ਇੱਕ ਵਾਰ ਗੁਰੂ ਜੀ ਗੋਇੰਦਵਾਲ ਸਾਹਿਬ ਵਿਖੇ ਜਾਂਦੇ ਹੋਏ ਕਿ ਜੱਥੇ ਨਾਲ ਰਲ ਕੇ ਕਿੱਥੇ ਚਲੇ ਗਏ ਗੋਇੰਦਵਾਲ ਸਾਹਿਬ ਚਲੇ ਗਏ ਠੀਕ ਹੈ ਫਿਰ ਉੱਥੇ ਹੀ ਇਹਨਾਂ ਨੇ ਗੁਰੂ ਦੀ ਸੇਵਾ ਕਰੀਏ ਤੇ ਇਹਨਾਂ ਦੇ ਵਿਵਹਾਰ ਇਹਨਾਂ ਦੇ ਆਚਰਣ ਤੇ ਇਹਨਾਂ ਤੋਂ ਮਤਲਬ ਇਨਸਪਾਇਰ ਹੋ ਕੇ ਮਤਲਬ ਇਹਨਾਂ ਨੂੰ ਦੇਖ ਕੇ ਹਨਾ ਤਾਂ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਕੀ ਕਰਿਆ ਆਪਣੀ ਜਿਹੜੀ ਪੁੱਤਰੀ ਸੀਗੀ ਬੀਬੀ ਭਾਨੀ ਜੀ ਠੀਕ ਹੈ ਬੀਬੀ ਭਾਨੀ ਦਾ ਵਿਆਹ ਕਿਹਦੇ ਨਾਲ ਕਰਿਆ ਗੁਰੂ ਰਾਮਦਾਸ ਜੀ ਦੇ ਨਾਲ ਕਰਿਆ ਯਾਨੀ ਭਾਈ ਜੇਠਾ ਜੀ ਦੇ ਨਾਲ ਕਰਿਆ ਠੀਕ ਹੈ ਫਿਰ ਤਿੰਨ ਸੰਤਾਨਾਂ ਇਹਨਾਂ ਦੀ ਹੋਈਆਂ ਜੀ ਪ੍ਰਿਥਵੀ ਚੰਦ ਮਹਾਦੇਵ ਤੇ ਅਰਜਨ ਦੇਵ ਠੀਕ ਹੈ ਯਾਦ ਰੱਖਣੀ ਹੈ ਨਾਮ ਓਕੇ ਪਤਨੀ ਦਾ ਨਾਮ ਕੀ ਹੋ ਗਿਆ ਬੀਬੀ ਭਾਨੀ ਜਿਹੜੀ ਕੀ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਪੁੱਤਰੀ ਠੀਕ ਹੈ ਗੱਦੀ ਕਦੋਂ ਮਿਲੀ ਹੈ ਜੀ ਤਾਂ ਗੱਦੀ ਮਿਲੀ ਹੈ 1574 ਦੇ ਵਿੱਚ ਤੇ 1581 ਤੱਕ ਇਹ ਗੱਦੀ ਤੇ ਵਿਰਾਜਮਾਨ ਰਹੇ ਠੀਕ ਹੈ ਤਾਂ ਗੁਰੂ ਨਾਮਦਾਸ ਜੀ ਨੂੰ ਜਿਹੜੀ ਕਿ ਜ਼ਮੀਨ ਮਿਲੀ ਸੀ ਮਤਲਬ ਗੁਰੂ ਰਾਮਦਾਸ ਜੀ ਨੂੰ ਨਹੀਂ ਉਹਨਾਂ ਦੀ ਪਤਨੀ ਨੂੰ ਅਕਬਰ ਨੇ ਜ਼ਮੀਨ ਦੇਈ ਸੀ ਕਿਹੜੀ ਜ਼ਮੀਨ ਹੈ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਬਸਿਆ ਹੋਇਆ ਠੀਕ ਹੈ ਉੱਥੇ ਸਮਝਿਓ ਗੱਲ ਨੂੰ ਤਾਂ ਬਾਦਸ਼ਾਹ ਅਕਬਰ ਨੇ ਬੀਬੀ ਪਾਨੀ ਜੀ ਨੂੰ ਜੋ ਜ਼ਮੀਨ ਦੇਈ ਸੀ ਉੱਥੇ ਗੁਰੂ ਰਾਮਦਾਸ ਜੀ ਨੇ ਇੱਕ ਤਲਾਹ ਦਾ ਨਿਰਮਾਣ ਕਰਣਾ ਸ਼ੁਰੂ ਕਰਾਇਆ ਇੱਕ ਸਰੋਵਰ ਦਾ ਨਿਰਮਾਣ ਕਰਾਣਾ ਸ਼ੁਰੂ ਕਰਾਇਆ ਠੀਕ ਹੈ ਜੀ ਇੱਕ ਤਲਾਬ ਦਾ ਨਿਰਮਾਣ ਕਰਵਾਣਾ ਸ਼ੁਰੂ ਕਰਾਇਆ ਗੁਰੂਗਰ ਬਣਨ ਤੋਂ ਬਾਅਦ ਗੁਰੂ ਜੀ ਇੱਥੇ ਹੀ ਆ ਕੇ ਰਹਿਣ ਲੱਗੇ ਤੇ ਜਦੋਂ ਰਹਿਣ ਲੱਗੇ ਫਿਰ ਉੱਥੇ ਹੌਲੀ ਹੌਲੀ ਕਰਕੇ ਇੱਕ ਸ਼ਹਿਰ ਹੈ ਜਿਹੜਾ ਬਸ ਗਿਆ ਸਟਾਰਟਿੰਗ ਦੇ ਵਿੱਚ ਉਹਦਾ ਨਾਂ ਹੋਇਆ ਸੀਗਾ ਜੀ ਗੁਰੂ ਕਾ ਚੱਕ ਉਹ ਜਗ੍ਹਾ ਸਟਾਰਟਿੰਗ ਦੇ ਵਿੱਚ ਕੀ ਕਹੀ ਗਈ ਹੈ ਗੁਰੂ ਕਾ ਚੱਕ ਕਹੀ ਗਈ ਹੈ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਜਦੋਂ ਗੁਰੂ ਜੀ ਰਹਿਣ ਲੱਗੇ ਹਨਾ ਸ਼ਹਿਰ ਜਾਂ ਬਣ ਗਿਆ ਫਿਰ ਉਹਦਾ ਨਾਂ ਹੋਇਆ RAMDASPUR ਤੇ ਬਾਅਦ ਦੇ ਵਿੱਚ ਅੱਜ ਆਪਾਂ ਉਹਨੂੰ ਬੋਲਦੇ ਆ ਅੰਮ੍ਰਿਤਸਰ ਠੀਕ ਹੈ ਦਾ ਇਹ ਸਾਰੇ ਨਾਂ ਅੰਮ੍ਰਿਤਸਰ ਦੇ ਹੀ ਹੈਗੇ ਆ ਗੁਰੂ ਕਾ ਚੱਕ ਰਾਮਦਾਸਪੁਰ ਜਾਂ ਰਾਮਦਾਸਪੁਰਾ ਠੀਕ ਹੈ ਤੇ ਅੰਮ੍ਰਿਤਸਰ ਇਹ ਸਾਰੇ ਇੱਕ ਹੀ ਸ਼ਹਿਰ ਦੇ ਨਾਂ ਹੈਗੇ ਆ ਠੀਕ ਹੈ 1577 ਦਾ ਟਾਈਮ ਹੈ ਅੰਮ੍ਰਿਤਸਰ ਦੀ ਸਥਾਪਨਾ ਦਾ 1577 ਠੀਕ ਹੈ ਸਟਾਰਟਿੰਗ ਦੇ ਵਿੱਚ ਇੱਥੇ 52 ਵਪਾਰੀਆਂ ਨੇ ਦੁਕਾਨਾਂ ਖੋਲੀਆਂ ਤਾਂ ਇੱਕ ਬਾਜ਼ਾਰ ਬਣ ਗਿਆ ਜਿਹਨੂੰ ਕਿਹਾ ਜਾਂਦਾ ਸੀਗਾ ਗੁਰੂਦਕਾ ਬਾਜ਼ਾਰ ਠੀਕ ਹੈ ਯਾਦ ਰੱਖਣੇ ਦੋ ਸਰੋਵਰਾਂ ਦੀ ਇਸ ਦੋ ਸਰੋਵਰਾਂ ਦੀ ਉਸਾਰੀ ਸ਼ੁਰੂ ਕਰਵਾਈ ਸੀਗੀ ਠੀਕ ਹੈ ਜੀ ਇੱਕ ਅੰਮ੍ਰਿਤਸਰ ਸਰੋਵਰ ਤੇ ਇੱਕ ਸੰਤੋਖ ਸਰ ਠੀਕ ਹੈ ਯਾਦ ਰੱਖਣਾ ਤੇ ਬਾਅਦ ਦੇ ਵਿੱਚ ਜਦੋਂ ਸ਼ਹਿਰ ਬਣ ਗਿਆ ਹੁਣ ਤੁਹਾਨੂੰ ਪਤਾ ਹੀ ਹੈ ਸਿੱਖਾਂ ਦਾ ਸਭ ਤੋਂ ਪਵਿੱਤਰ ਸ਼ਹਿਰ ਸਭ ਤੋਂ ਇੰਪੋਰਟੈਂਟ ਸ਼ਹਿਰ ਕਿਹੜਾ ਹੈ ਅੰਮ੍ਰਿਤਸਰ ਹੀ ਹੈਗਾ ਇਹਨੂੰ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਸਾਹਿਬ ਨੂੰ ਸਿੱਖਾਂ ਦਾ ਮੱਕਾ ਵੀ ਕਿਹਾ ਜਾਂਦਾ ਯਾਦ ਰੱਖਣਾ ਅੰਮ੍ਰਿਤਸਰ ਸ਼ਹਿਰ ਨੂੰ ਕੀ ਕਿਹਾ ਜਾਂਦਾ ਹੈ ਸਿੱਖਾਂ ਦਾ ਮੱਕਾ ਕਿਹਾ ਜਾਂਦਾ ਇਹ ਕੁਐਸਚਨ ਆਲਰੇਡੀ ਆ ਚੁੱਕਿਆ ਪੇਪਰ ਦੇ ਵਿੱਚ ਸਿੱਖਾਂ ਦਾ ਮੱਕਾ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ ਠੀਕ ਹੈ ਉਸ ਤੋਂ ਬਾਅਦ ਜੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਰੋਵਰ ਬਣਾਇਆ ਗਿਆ ਸੀ ਉਹਦੀ ਜ਼ਿੰਮੇਵਾਰੀ ਕਿਹਦੇ ਕੋਲ ਸੀਗੀ ਬਾਬਾ ਬੁੱਢਾ ਸਿੰਘ ਜੀ ਨੂੰ ਦਿੱਤੀ ਗਈ ਸੀ ਬਾਬਾ ਬੁੱਢਾ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਠੀਕ ਹੈ ਉਸ ਤੋਂ ਬਾਅਦ ਸਭ ਤੋਂ ਮੇਨ ਪੁਆਇੰਟ ਇਸ ਪੁਆਇੰਟ ਤੇ ਆਜੋ ਇਹ ਕੁਐਸਚਨ ਵੀ ਆ ਚੁੱਕਾ ਹੈ ਪੇਪਰ ਦੇ ਵਿੱਚ ਪਹਿਲਾਂ ਦੇਖੋ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦਰ ਨੇ ਕਿਹੜਾ ਸੰਪਰਦਾਇ ਸ਼ੁਰੂ ਕਰਾਇਆ ਸੀਗਾ ਉਦਾਸੀ ਸੰਪਰਦਾਇ ਉਦਾਸੀ ਮਤ ਇਹਨਾਂ ਨੇ ਸ਼ੁਰੂ ਕਰਾਇਆ ਸੀਗਾ ਠੀਕ ਹੈ ਤੇ ਬਾਦ ਦੇ ਵਿੱਚ ਹੁੰਦਾ ਕੀ ਹੈ ਬਾਦ ਦੇ ਵਿੱਚ ਉਦਾਸੀ ਸੰਪਰਦਾਇ ਤੇ ਜਦੋਂ ਸਿੱਖ ਸੰਪਰਦਾਇ ਸ਼ੁਰੂ ਹੋਈਆਂ ਦੋਹਾਂ ਦੇ ਵਿੱਚ মতਪੇਦ ਹੋ ਜਾਂਦੇ ਠੀਕ ਹੈ ਉਸ মতਪੇਦ ਨੂੰ ਗੁਰੂ ਰਾਮਦਾਸ ਜੀ ਨੇ ਆ ਕੇ ਖਤਮ ਕਰੇ ਉਸ মতਪੇਦ ਨੂੰ ਆ ਕੇ ਗੁਰੂ ਰਾਮਦਾਸ ਜੀ ਨੇ ਕੀ ਕਰਿਆ ਖਤਮ ਕਰਿਆ ਤਾਂ ਯਾਦ ਰੱਖਣਾ ਠੀਕ ਹੈ ਹੁੰਦਾ ਕੀ ਹੈ ਜਦੋਂ ਬਾਬਾ ਸ੍ਰੀ ਚੰਦ ਜੀ ਦੇਖੋ ਬਾਬਾ ਸ੍ਰੀ ਚੰਦ ਜੀ ਜਾਂ ਤਾਂ ਸੈਕੰਡ ਗੁਰੂ ਨੂੰ ਮਿਲੇ ਹਨ ਨਾ ਥਰਡ ਗੁਰੂ ਨੂੰ ਮਿਲੇ ਠੀਕ ਹੈ ਉਹ ਮਿਲਣ ਆਇਆ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੂੰ ਤੇ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਹੈ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੇ ਨਾਲ ਉਹਨਾਂ ਨੇ ਕਿਹਾ ਕਿ ਗੁਰੂ ਜੀ ਨੂੰ ਕਿਹਾ ਕਿ ਵੀ ਦਾੜੀ ਤੁਸੀਂ ਬਹੁਤ ਲੰਬੀ ਕਰੀ ਹੋਈ ਹੈ ਹਨਾ ਤਾਂ ਗੁਰੂ ਰਾਮਦਾਸ ਜੀ ਨੇ ਕਿਹਾ ਵੀ ਹਾਂ ਇਹ ਤੁਹਾਡੇ ਵਰਗੇ ਮਹਾਪੁਰਸ਼ ਜਿਹੜੇ ਹੈਗੇ ਆ ਉਹਨਾਂ ਦੇ ਚਰਨ ਸਾਫ਼ ਕਰਨ ਵਾਸਤੇ ਹੈ ਠੀਕ ਹੈ ਤਾਂ ਇਹ ਮਤਲਬ ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਨੂੰ ਬਹੁਤ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਨਸਪਾਇਰ ਹੋਏ ਜਾਂ ਉਹਨਾਂ ਨੂੰ ਲੱਗਿਆ ਕਿ ਹਾਂ ਜਿਹੜੀ ਗੱਦੀ ਹੈਗੀ ਹੈ ਉਹ ਵੀ ਸਹੀ ਬੰਦਿਆਂ ਦੇ ਹੱਥ ਦੇ ਵਿੱਚ ਹੈ ਸਹੀ ਬੰਦੇ ਜਿਹੜੇ ਹੈਗੇ ਆ ਉੱਥੇ ਵਿਰਾਜਮਾਨ ਹੈ ਸਹੀ ਮਹਾਪੁਰਸ਼ਾਂ ਦੇ ਕੋਲ ਉਹ ਗੱਦੀ ਹੈਗੀ ਹੈ ਠੀਕ ਹੈ ਤਾਂ ਇੱਥੇ ਇਹ ਜਿਹੜਾ ਉਦਾਸੀ ਸੰਪਰਦਾਇ ਅਲੱਗ ਸੀਗਾ ਤੇ ਸਿੱਖ ਸੰਪਰਦਾਇ ਅਲੱਗ ਸੀ ਇਹਨਾਂ ਦੇ ਵਿਚਾਰ ਸਮਝੋਤਾ ਹੋ ਗਿਆ ਆਪਸੀ મતਭੇਦ ਜਿਹੜੇ ਖਤਮ ਹੋ ਗਏ ਠੀਕ ਹੈ ਸਮਕਾਲੀ ਸ਼ਾਸਕ ਕੌਣ ਸੀਗਾ ਜੀ ਤਾਂ ਅਕਬਰ ਸੀਗਾ ਯਾਦ ਰੱਖਣਾ ਸਮਕਾਲੀ ਸ਼ਾਸਕ ਕੌਣ ਸੀਗਾ ਅਕਬਰ ਅਕਬਰ ਅਤੇ ਗੁਰੂ ਰਾਮਦਾਸ ਜੀ ਇਹਨਾਂ ਵਿਚਕਾਰ ਇੱਕ ਮੁਲਾਕਾਤ ਹੋਈ ਸੀ ਕਿੱਥੇ ਲਾਹੌਰ ਦੇ ਵਿੱਚ ਯਾਦ ਰੱਖਣਾ ਇੰਪੋਰਟੈਂਟ ਹੈ ਲਾਹੌਰ ਦੇ ਵਿੱਚ ਮੁਲਾਕਾਤ ਹੋਈ ਸੀ ਤੇ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਅਕਬਰ ਨੇ 500 ਬਿਗਾ ਜ਼ਮੀਨ ਵੀ ਦਾਨ ਦਈ ਸੀ ਠੀਕ ਹੈ ਇਹ ਪੁਆਇੰਟ ਸਾਰੇ ਯਾਦ ਰੱਖਣ ਵਾਲੇ ਹੈਗੇ ਬਾਕੀ ਰਚਨਾਵਾਂ ਦੇਖਦੇ ਆਂ ਜੀ 30 ਵੱਖ-ਵੱਖ ਰਾਗਾਂ ਦੇ ਵਿੱਚ 638 ਸ਼ਬਦ ਗੁਰੂ ਰਾਮਦਾਸ ਜੀ ਦੇ ਹੈਗੇ 30 ਰਾਗਾਂ ਦੇ ਵਿੱਚ ਯਾਦ ਰੱਖਣਾ ਹੈ ਕਈ ਵਾਰ ਪੁੱਛਿਆ ਜਾਂਦਾ ਕਿੰਨੇ ਰਾਗਾਂ ਦੇ ਵਿੱਚ ਰਚਨਾ ਕਰੀ ਹੈ ਇਸ ਤੋਂ ਇਲਾਵਾ ਚਾਰ ਲਾਵਾਂ ਇਹਨਾਂ ਦੀ ਰਚਨਾਵਾਂ ਹੈਗੀਆਂ ਜੀ ਚਾਰ ਲਾਵਾਂ ਫਿਰ ਜਿਹੜੇ ਹੁੰਦੇ ਆਂ ਅਨੰਦਕਾਰਤ ਦੇ ਟਾਈਮ ਠੀਕ ਹੈ ਇਹਨਾਂ ਦੀ ਰਚਨਾ ਹੈਗੀ ਹੈ ਕੋੜੀਆਂ ਜਿਹੜੀ ਵਿਆਹ ਦੇ ਟਾਈਮ ਗਾਈ ਜਾਂਦੀਆਂ ਘੋੜੀਆਂ ਤੇ ਗੁਰੂ ਦੀ ਵਾਰ ਠੀਕ ਹੈ ਇਹ ਤਾਂ ਭਾਵੇਂ ਚਾਹੇ ਨਾ ਯਾਦ ਰੱਖੋ ਕਿਉਂਕਿ ਮੈਂ ਕਵੈਸ਼ਨ ਨਹੀਂ ਦੇਖਿਆ ਠੀਕ ਹੈ ਬਟ ਇਹ ਤਾਂ ਸਾਰੇ ਇੰਪੋਰਟੈਂਟ ਹੈਗੇ ਆ ਇੱਥੋਂ ਤੱਕ ਸਭ ਤੋਂ ਮੇਨ ਗੱਲ ਇਹ ਵੈਸੇ ਤਾਂ ਇਹ ਬਹੁਤ ਕਨਫਲਿਕਟ ਦਾ ਵਿਸ਼ਾ ਹੈ ਮਸੰਦ ਪ੍ਰਥਾ ਕਿਨੇ ਸ਼ੁਰੂ ਕਰੀ ਹੈ ਬਟ ਆਪਾਂ ਚੌਥੇ ਗੁਰੂ ਨੂੰ ਹੀ ਮੰਨ ਕੇ ਚੱਲਾਂਗੇ ਕਿ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕਰੀ ਹੈ ਠੀਕ ਹੈ ਕਿਉਂਕਿ ਇਹਨਾਂ ਨੇ ਕੰਸਟ੍ਰਕਸ਼ਨ ਬਹੁਤ ਜ਼ਿਆਦਾ ਕਰਾਈ ਹੈ ਸਰੋਵਰ ਬਣਵਾਏ ਤਾਂ ਉਹਦੇ ਵਾਸਤੇ ਬਹੁਤ ਜ਼ਿਆਦਾ ਤੰਦੋਲਤ ਦੀ ਜ਼ਰੂਰਤ ਸੀਗੀ ਤਾਂ ਇਹਨਾਂ ਨੇ ਮਸੰਦ ਪ੍ਰਥਾ ਸ਼ੁਰੂ ਕਰਵਾਈ ਠੀਕ ਹੈ ਮਸੰਦਾਂ ਨੂੰ ਕਿਹਾ ਗਿਆ ਕਿ ਹਾਂ ਜਿਹੜਾ ਦਾਨ ਵਗੈਰਾ ਹੈ ਉਹ ਇਕੱਠਾ ਕਰਨਾ ਹੈ ਠੀਕ ਹੈ ਤਾਂ ਮਸੰਦ ਪਰਥਾ ਦੀ ਸ਼ੁਰੂਆਤ ਹੈ ਕਿ ਕਿਨੇ ਕਰੀ ਹੈ ਜੀ ਚੌਥੇ ਗੁਰੂ ਗੁਰੂ ਰੰਦਾਸ ਜੀ ਨੇ ਮਸੰਦ ਦਾ ਮਤਲਬ ਕੀ ਹੁੰਦਾ ਹੈ ਮਸੰਦ ਇੱਕ ਫਾਰਸੀ ਸ਼ਬਦ ਹੈ ਇਹਦਾ ਮਤਲਬ ਹੁੰਦਾ ਹੈ ਉੱਚਾ ਅਹੁਦਾ ਜਾਂ ਉੱਚੇ ਦਰਜੇ ਵਾਲਾ ਕੋਈ ਵਿਅਕਤੀ ਮਤਲਬ ਕੋਈ ਪੋਸਟ ਠੀਕ ਹੈ ਨਾ ਤਾਂ ਤੁਸੀਂ ਉੱਚਾ ਅਹੁਦਾ ਯਾਦ ਰੱਖੋਗੇ ਮਸੰਦ ਦਾ ਮਤਲਬ ਕੀ ਹੁੰਦਾ ਹੈ ਉੱਚਾ ਅਹੁਦਾ ਠੀਕ ਹੈ ਯਾਦ ਰੱਖਣੇ ਉਤਰਾਧਿਕਾਰੀ ਕਿਹਨੂੰ ਚਣਿਆ ਤਾਂ ਉਤਰਾਧਿਕਾਰੀ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਚਣਿਆ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਨੂੰ ਉਤਰਾਧਿਕਾਰੀ ਚੁਣਿਆ 1581 ਦੇ ਵਿੱਚ ਤੇ ਖੁਦ ਜੋਤੀ ਜੋਤ ਸਮਾ ਗਏ ਆ ਜੀ ਗੋਇੰਦਵਾਲ ਵਿਖੇ ਹੀ 1581 ਦੇ ਵਿੱਚ ਸੋਢੀ ਸੁਲਤਾਨ ਦੇ ਨਾਂ ਤੋਂ ਵੀ ਜਾਣੇ ਜਾਂਦੇ ਆ ਠੀਕ ਹੈ ਕਈ ਵਾਰ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ ਸਿੱਧਾ ਹੀ ਕਿ ਸੋਢੀ ਸੁਲਤਾਨ ਦੇ ਨਾਂ ਤੋਂ ਕਿਹੜੇ ਗੁਰੂ ਸਾਹਿਬ ਜਾਣੇ ਜਾਂਦੇ ਆ ਤਾਂ ਚੌਥੇ ਗੁਰੂ ਗੁਰੂ ਰਾਮਦਾਸ ਜੀ ਠੀਕ ਹੈ ਤਾਂ ਇਹ ਬਿਲਕੁਲ ਆਪਾਂ ਨੇ ਕੋ ਬਹੁਤ ਜ਼ਿਆਦਾ ਕੋਈ ਪੁਆਇੰਟ ਇਹਨਾਂ ਬਾਰੇ ਨਹੀਂ ਡਿਸਕਸ ਕਰੇ ਆ ਆਪਨੇ ਸਿਰਫ ਉਹੀ ਪੁਆਇੰਟ ਡਿਸਕਸ ਕਰੇ ਆ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਠੀਕ ਹੈ ਨਾ ਇੰਨੇ ਕੁ ਬਹੁਤ ਐ ਉਸ ਤੋਂ ਬਾਅਦ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਬਾਰੇ ਆਪਾਂ ਪੜਾਂਗੇ ਤਾਂ ਪੰਜਵੇਂ ਗੁਰੂ ਹੈਗੇ ਜੀ ਗੁਰੂ ਅਰਜਨ ਦੇਵ ਜੀ ਜਨਮ 15 April 1563 ਕਿੱਥੇ ਗੋਇੰਦਵਾਲ ਸਾਹਿਬ ਵਿੱਚ ਯਾਦ ਰੱਖਣਾ ਠੀਕ ਹੈ ਮਾਤਾ ਪਿਤਾ ਦਾ ਪਿਤਾ ਦਾ ਨਾਂ ਗੁਰੂ ਰਾਮਦਾਸ ਜੀ ਹੋ ਗਿਆ ਤੇ ਮਾਤਾ ਦਾ ਨਾਂ ਬੀਬੀ ਭਾਨੀ ਯਾਨੀ ਕਿ ਤੁਹਾਨੂੰ ਪਤਾ ਹੀ ਹੈ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀਗੀ ਬੀਬੀ ਭਾਨੀ ਅੰਡਰਸਟੈਂਡ ਠੀਕ ਹੈ ਤਾਂ ਗੁਰੂ ਅਮਰਦਾਸ ਜੀ ਦਾ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਦੇ ਨਾਲ ਕੀ ਰਿਸ਼ਤਾ ਹੋਇਆ ਇਹ ਦੱਸੋ ਬਈ ਜੀ ਕਮੈਂਟ ਕਰਕੇ ਸਾਰੇ ਦੇ ਸਾਰੇ ਗੁਰੂ ਅਮਰਦਾਸ ਜੀ ਦਾ ਗੁਰੂ ਅਰਜਨ ਦੇਵ ਜੀ ਦੇ ਨਾਲ ਕੀ ਰਿਸ਼ਤਾ ਹੋਇਆ ਇਹ ਕਮੈਂਟ ਕਰਕੇ ਦੱਸਣਾ ਤੁਸੀਂ ਸਾਰਿਆਂ ਨੇ ਅੰਡਰਸਟੈਂਡ ਠੀਕ ਹੈ ਚਲੋ ਪਤਨੀ ਦਾ ਨਾਂ ਤਾਂ ਪਤਨੀ ਦਾ ਨਾਮ ਹੈਗਾ ਜੀ ਮਾਤਾ ਗੰਗਾ ਜੀ ਠੀਕ ਹੈ ਇਹ ਫਲੋਰ ਦੇ ਭਾਈ ਕ੍ਰਿਸ਼ਨ ਚੰਦ ਜੀ ਦੀ ਪੁੱਤਰੀ ਸੀਗੀ ਠੀਕ ਹੈ ਇੱਕ ਪੁੱਤਰ ਹੋਇਆ ਹਰ ਗੋਬਿੰਦ ਜੀ ਕੀ ਨਾਮ ਰੱਖਿਆ ਹਰ ਗੋਬਿੰਦ ਜੀ 1595 ਦੀ ਗੱਲ ਹੈ ਗੁਰੂ ਗੱਦੀ ਕਦੋਂ ਮਿਲੀ ਆ 1581 ਦੇ ਵਿੱਚ ਗੁਰੂ ਗੱਦੀ ਮਿਲੀ ਆ 1606 ਤੱਕ ਇੱਕ ਗੱਦੀ ਤੇ ਬਿਰਾਜਮਾਨ ਰਹੇ ਆ ਠੀਕ ਹੈ ਜੀ ਸ਼ਹੀਦੀ ਤੱਕ ਗੱਦੀ ਮਿਲਣ ਕਰਕੇ ਸਭ ਤੋਂ ਵੱਡਾ ਭਰਾ ਜਿਹੜਾ ਇਹਨਾਂ ਦਾ ਸੀਗਾ ਜੀ ਪ੍ਰਿਥਵੀ ਚੰਦ ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ ਠੀਕ ਹੈ ਜੀ ਉਹ ਵਿਰੋਧ ਜ਼ਾਹਿਰ ਕਰਦੇ ਆ ਉਹ ਕਹਿੰਦੇ ਆ ਵੀ ਗੱਦੀ ਦੇ ਉੱਤੇ ਉਹਨਾਂ ਦਾ ਹੱਕ ਹੈ ਕਿਉਂਕਿ ਵੱਡੇ ਉਹੀ ਸੀਗੇ ਠੀਕ ਹੈ ਬਟ ਉਹਨਾਂ ਦੇ ਮਤਲਬ ਉਹਨਾਂ ਦੇ ਵਿਵਹਾਰ ਤੋਂ ਜਾਂ ਉਹਨਾਂ ਦੇ ਚਰਿੱਤਰ ਤੋਂ ਜਿੱਦਾਂ ਵੀ ਮਤਲਬ ਹਨਾ ਗੁਰੂ ਰਾਮਦਾਸ ਜੀ ਖੁਸ਼ ਨਹੀਂ ਸੀ ਤਾਂ ਉਹਨਾਂ ਨੇ ਗੱਦੀ ਕਿਨਾਂ ਨੂੰ ਦੇਣਾ ਵਧੀਆ ਸਮਝਿਆ ਗੁਰੂ ਅਰਜਨ ਦੇਵ ਜੀ ਠੀਕ ਹੈ ਪ੍ਰਿਥਵੀ ਚੰਦ ਜਿਹੜਾ ਸੀਗਾ ਵੀ ਪ੍ਰਿਥਵੀ ਚੰਦ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕਰੀ ਹੋਈ ਸੀ ਇਹ ਅਲੱਗ ਤੋਂ ਹੈਗਾ ਆ ਸੰਪਰ ਬਾਬਾ ਸ੍ਰੀ ਚੰਦ ਜੀ ਹੋਗੇ ਠੀਕ ਹੈ मीणा ਸੰਪਰਦਾਇ मीणा ਸੰਪਰਦਾਇ ਪ੍ਰithvi ਚੰਦ ਹੋਗੇ ਠੀਕ ਹੈ ਜਾਂ ਪਿਰਥੀ ਚੰਦ ਹੋਗੇ ਕਈ ਬੁਕਸ ਦੇ ਵਿੱਚ ਪਿਰਥੀਆ ਵੀ ਇਹਨਾਂ ਨੂੰ ਲਿਖਿਆ ਹੋਇਆ ਪਿਰਥੀਆ ਠੀਕ ਹੈ ਤਾਂ ਕੁਐਸਚਨ ਆ ਜਾਂਦਾ ਹੈ ਇਹ ਵੀ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਜਿਹੜੀ ਚੱਲੀ ਹੋਈ ਸੀ ਉਹਨਾਂ ਦਾ ਕੰਮ ਪੂਰਾ ਕਰਾਇਆ ਠੀਕ ਹੈ ਗੁਰੂ ਅਰਜਨ ਦੇਵ ਜੀ ਨੇ ਉਸ ਸਰੋਵਰ ਦਾ ਕੰਮ ਪੂਰਾ ਕਰਾਇਆ ਤੇ ਸਰੋਵਰ ਦੇ ਵਿੱਚੋਂ ਵਿੱਚ ਇੱਕ ਬਿਲਡਿੰਗ ਬਣਵਾਣੀ ਸ਼ੁਰੂ ਕੀਤੀ ਤੇ ਉਸ ਬਿਲਡਿੰਗ ਨੂੰ ਅੱਜ ਆਪਾਂ ਬੋਲਦੇ ਹਾਂ ਹਰੀ ਮੰਦਰ ਸਾਹਿਬ ਉਸ ਇਮਾਰਤ ਨੂੰ ਅੱਜ ਆਪਾਂ ਕੀ ਬੋਲਦੇ ਆ ਹਰਿਮੰਦਰ ਸਾਹਿਬ ਬੋਲਦੇ ਆ ਠੀਕ ਹੈ ਜੀ ਯਾਦ ਰੱਖਣੇ 골ਡਨ ਟੈਂਪਲ ਆਪਾਂ ਇਹਨੂੰ ਕਹਿੰਦੇ ਆ ਤੇ ਹਰਿਮੰਦਰ ਸਾਹਿਬ ਦਾ ਨਹੀਂ ਪੱਥਰ ਕਿਹਨੇ ਰੱਖਿਆ ਮੁ슬림 ਸੰਤ ਸੀਗੇ ਜੀ ਲਾਹੌਰ ਦੇ ਉਸ ਟਾਈਮ ਮੀਆਂ ਮੀਰ ਉਹਦੇ ਤੋਂ ਰਖਵਾਇਆ ਗਿਆ ਜੀ 1599 ਦੇ ਵਿੱਚ ਤੇ 1601 ਤੱਕ ਨਿਰਮਾਣ ਕਰਿਆ ਜਿਹੜਾ ਉਹ ਚੱਲਿਆ ਅੰਡਰਸਟੈਂਡ ਸਮਕਾਲੀ ਬਾਦਸ਼ਾਹ ਦੇਖ ਲਓ ਸਮਕਾਲੀ ਬਾਦਸ਼ਾਹ ਉਸ ਟਾਈਮ ਦੇ ਸੀਗੇ ਅਕਬਰ ਤੇ ਅਕਬਰ ਦਾ ਫਿਰ ਮੁੰਡਾ ਬਾਅਦ ਵਿੱਚ ਬਣਿਆ ਜਹਾਂਗੀਰ ਹੋਰ ਕਿਹੜੀ ਕਿਹੜੇ ਸ਼ਹਿਰ ਬਸਾਈਆਂ ਜੀ ਇੱਕ ਤਰਨ ਤਰਨ ਬਸਾਇਆ ਕਰਤਾਰਪੁਰ ਬਸਾਇਆ ਜੀ ਕਰਤਾਰਪੁਰ ਕਿੱਥੇ ਹੈ ਜਲੰਧਰ ਦੇ ਵਿੱਚ ਹੈ ਠੀਕ ਹੈ ਗੁਰਨਾਨਕ ਦੇਵ ਜੀ ਨੇ ਜਿਹੜਾ ਬਸਾਇਆ ਸੀ ਕਰਤਾਰਪੁਰ ਸਾਹਿਬ ਉਹ ਲਾਹੌਰ ਵਾਲੇ ਏਰੀਆ ਦੇ ਵਿੱਚ ਹੈ ਇਹ ਜਲੰਧਰ ਵਾਲੇ ਏਰੀਆ ਦੇ ਵਿੱਚ ਠੀਕ ਹੈ ਲਾਹੌਰ ਗਏ ਆ ਤਾਂ ਉਸ ਟਾਈਮ ਲਾਹੌਰ ਦੇ ਵਿੱਚ ਇਹਨਾਂ ਨੇ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਜੀ ਬਾਉਲੀ ਹੁੰਦਾ ਹੈ ਕੂਆ ਠੀਕ ਹੈ ਜੀ ਇੱਕ ਬਹੁਤ ਵੱਡਾ ਕੂਆ ਜਿਹਦੇ ਵਿੱਚ ਪੌੜੀਆਂ ਬਣੀ ਹੁੰਦੀ ਹੈ ਪਾਣੀ ਤੱਕ ਪਹੁੰਚਿਆ ਜਾ ਸਕਦਾ ਹੈ ਸਿੱਧਾ ਤਾਂ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਦਸਵੰਦ ਪ੍ਰਣਾਲੀ ਦੀ ਸ਼ੁਰੂਆਤ ਕਰਾਈ ਹੈ ਜੀ ਦਸਵੰਦ ਪ੍ਰਣਾਲੀ ਦੀ ਸ਼ੁਰੂਆਤ ਕਰੀ ਹੈ ओके 10ਵੰਦ ਦਾ ਮਤਲਬ ਹੁੰਦਾ ਹੈ ਆਮਦਨ ਦਾ 10ਵਾਂ ਹਿੱਸਾ ਜਿਹੜਾ ਉਹ দান ਕਰਨ ਲਈ ਕਿਹਾ ਗਿਆ ਆਮਦਨ ਦਾ 10ਵਾਂ ਹਿੱਸਾ দান ਕਰਨ ਲਈ ਕਿਹਾ ਗਿਆ ਤਾਂ ਇਹ ਯਾਦ ਰੱਖਣੀ ਹੈ ਕਿਹੜੀ ਪ੍ਰਣਾਲੀ ਕਿਹੜੇ ਗੁਰੂ ਨੇ ਸ਼ੁਰੂ ਕਰੀ ਹੈ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਦਿੱਖੇ ਜਾਂਦੇ ਹਨ ਕਿ ਮੰਜੀ ਪ੍ਰਥਾ ਕਿਹਨੇ ਸ਼ੁਰੂ ਕਰੀ ਹੈ ਜੀ ਮਸੰਦ ਪ੍ਰਥਾ ਕਿਹਨੇ ਸ਼ੁਰੂ ਕਰੀ ਹੈ 10ਵੰਦ ਪ੍ਰਥਾ ਕਿਹਨੇ ਸ਼ੁਰੂ ਕਰੀ ਹੈ ਮਲ ਅਖਾੜਾ ਕਿਹਨੇ ਸ਼ੁਰੂ ਕਰਿਆ ਇਦਾਂ ਦੇ ਕੁਐਸਚਨ ਸਾਰੇ ਦਿੱਖੇ ਜਾਂਦੇ ਹਨ ਅੰਡਰਸਟੈਂਡ ਠੀਕ ਹੈ ਜੀ ਰਚਨਾਵਾ ਦੇਖਦੇ ਹਾਂ ਜੀ ਦੋ ਰਚਨਾ ਬਹੁਤ ਬਹੁਤ ਜ਼ਿਆਦਾ ਫੇਮਸ ਹੈ ਇੱਕ ਤਾਂ ਪੋਥੀ ਸਾਹਿਬ ਪੋਥੀ ਸਾਹਿਬ ਜਾਂ ਆਦੀ ਗ੍ਰੰਥ ਠੀਕ ਹੈ ਪੋਥੀ ਸਾਹਿਬ ਜਾਂ ਆਦੀ ਗ੍ਰੰਥ ਇਹਦੀ ਰਚਨਾ ਹੋਈ ਸੀਗੀ ਜੀ ਰਾਮ ਸਰ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋਈ ਸੀ ਠੀਕ ਹੈ ਆਦੀ ਗ੍ਰੰਥ ਦੇ ਵਿੱਚ ਕੀ ਹੈ ਜੀ ਪਹਿਲੇ ਚਾਰ ਗੁਰੂਆਂ ਦੀ ਬਾਣੀ ਠੀਕ ਹੈ ਜੀ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਯਾਨੀ ਪਹਿਲੇ ਪੰਜ ਗੁਰੂਆਂ ਦੀ ਬਾਣੀ ਕਿੱਥੇ ਹੈ ਆਦੀ ਗ੍ਰੰਥ ਦੇ ਵਿੱਚ ਹੈ ਇਸ ਤੋਂ ਇਲਾਵਾ ਉਸ ਟਾਈਮ ਦੇ ਜਾਂ ਉਸ ਤੋਂ ਪਹਿਲਾਂ ਦੇ ਜਿੰਨੇ ਵੀ ਸੰਤ ਹੋਈਆਂ ਚਾਹੇ ਹਿੰਦੂਆਂ ਚਾਹੇ ਮੁਸਲਿਮਾਂ ਸਾਰਿਆਂ ਦੀ ਬਾਣੀ ਉਹਦੇ ਚ ਮਤਲਬ ਸਾਰਿਆਂ ਦੀ ਨਹੀਂ ਬਹੁਤ ਸਾਰਿਆਂ ਦੀ ਬਾਣੀ ਉਹਦੇ ਚ ਸ਼ਾਮਿਲ ਕਰੀ ਗਈ ਹੈ ਕਿਹਦੀ ਬਾਣੀ ਹੈਗੀ ਹੈ ਜੀ ਕਿੰਨੇ ਸ਼ਬਦ ਹੈਗੇ ਆ ਉਹ ਆਪਾਂ ਬਾਅਦ ਚ ਡਿਸਕਸ ਕਰਾਂਗੇ ਫਿਲਹਾਲ ਆਪਾਂ ਬਸ ਇਹੀ ਲਾਈਨ ਯਾਦ ਰੱਖਾਂਗੇ ਕਿ ਇਹਨਾਂ ਆਪਣੇ ਪੰਜ ਗੁਰੂਆਂ ਤੋਂ ਇਲਾਵਾ ਜੀ ਪੰਜ ਗੁਰੂਆਂ ਤੋਂ ਇਲਾਵਾ ਹਿੰਦੂ ਮੁਸਲਿਮ ਸੰਤ ਜਿਵੇਂ ਕਿ ਗੁਰੂ ਰਵਿਦਾਸ ਜੀ ਹੋਗੇ ਸ਼ੇਖ ਫਰੀਦ ਹੋਗੇ ਬਾਬਾ ਫਰੀਦ ਠੀਕ ਹੈ ਕਬੀਰ ਆਦੀ ਇਹਨਾਂ ਦੀ ਵੀ ਬਾਣੀ ਸ਼ਾਮਿਲ ਹੈ ਠੀਕ ਹੈ 16 ਅਗਸਤ 1604 ਨੂੰ ਆਦੀ ਗ੍ਰੰਥ ਯਾਨੀ ਪੋਥੀ ਸਾਹਿਬ ਨੂੰ ਹਰੀ ਮੰਦਰ ਸਾਹਿਬ ਬਣ ਕੇ ਤਿਆਰ ਹੋ ਚੁੱਕੇ ਸੀਗੇ ਉੱਥੇ ਰੱਖਿਆ ਗਿਆ ਪਹਿਲੀ ਵਾਰ ਉੱਥੇ ਪ੍ਰਕਾਸ਼ ਕਰਿਆ ਗਿਆ ਠੀਕ ਹੈ ਪਹਿਲੇ ਗ੍ਰੰਥੀ ਕੌਣ ਬਣੇ ਆ ਬਾਬਾ ਬੁੱਢਾ ਜੀ ਬਣੇ ਆ ਤੇ ਲਿਖਿਆ ਕਿਨੇ ਆ ਆਦੀ ਗ੍ਰੰਥ ਨੂੰ ਕੈਲੀਗ੍ਰਾਫਰ ਕੌਣ ਆ ਭਾਈ ਗੁਰਦਾਸ ਜੀ ਠੀਕ ਹੈ ਭਾਈ ਗੁਰਦਾਸ ਜੀ ਕਿਹੜੀ ਲਿਪੀ ਦੇ ਵਿੱਚ ਸੀਗਾ ਆਦੀ ਗ੍ਰੰਥ ਮਤਲਬ ਕਿਹੜੀ ਲਿਪੀ ਦੇ ਵਿੱਚ ਹੈਗਾ ਆਦੀ ਗ੍ਰੰਥ ਗੁਰਮੁਖੀ ਲਿਪੀ ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਸੁਖਮਨੀ ਸਾਹਿਬ ਵੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਠੀਕ ਹੈ ਇਹ ਵੀ ਯਾਦ ਰੱਖਣਾ ਠੀਕ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਨੂੰ ਸ਼ਾਂਤੀ ਦਾ ਜਬੂਰ ਜਾਂ ਸੁੱਖਾਂ ਦੀ ਮਣੀ ਕਿਹਾ ਓਕੇ ਤਾਂ ਇਹ ਯਾਦ ਰੱਖਣਾ ਹੈ ਬਾਕੀ ਜਦੋਂ ਆਪਾਂ ਲਿਟਰੇਚਰ ਪੜਾਂਗੇ ਜਾਂ ਜਦੋਂ ਆਪਾਂ ਇਹਨੂੰ ਡਿਸਕਸ ਕਰਾਂਗੇ ਮਤਲਬ ਜਦੋਂ ਆਪਾਂ ਪੂਰੇ 10 ਗੁਰੂਆਂ ਨੂੰ ਡਿਸਕਸ ਕਰ ਚੁੱਕੇ ਹੋਵਾਂਗੇ ਫਿਰ ਆਪਾਂ ਜਦੋਂ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪੜਾਂਗੇ ਉਸ ਟਾਈਮ ਮੈਂ ਤੁਹਾਨੂੰ ਦੱਸੂਗਾ ਵੀ ਕਿੰਨੇ ਅੰਗ ਹੈ ਕਿੰਨੇ ਸ਼ਬਦ ਹੈ ਕਿਹੜੇ ਗੁਰੂ ਦੇ ਕਿੰਨੇ ਸ਼ਬਦ ਹੈ ਕਿਹੜੇ ਸੰਤ ਦੀ ਕਿੰਨੀ ਬਾਣੀ ਹੈਗੀ ਭਟਾਂ ਦੀ ਬਾਣੀ ਉਹ ਸਾਰਾ ਆਪਾਂ ਬਾਅਦ ਚ ਡਿਸਕਸ ਕਰਾਂਗੇ ਠੀਕ ਹੈ 4. ਦੇਖ ਲਓ ਜੀ 1590 ਦੇ ਵਿੱਚ ਤਰਨਤਾਰਨ ਸ਼ਹਿਰ ਦੀ ਸਥਾਪਨਾ ਕਰੀ ਹੈ 1594 ਦੇ ਵਿੱਚ ਕਰਤਾਰਪੁਰ ਸ਼ਹਿਰ ਜਿਹੜਾ ਜਲੰਧਰ ਵਿੱਚ ਹੈ ਉਹ ਬਸਾਇਆ ਜੀ ਠੀਕ ਹੈ ਬਿਆਸ ਦਰਿਆ ਦੇ ਸੱਜੇ ਕਿਨਾਰੇ ਇੱਕ ਪਿੰਡ ਸੀਗਾ ਜੀ ਰੋਹਿਲਾ ਜਿਹੜਾ ਬਾੜ ਕਾਰਨ ਮੀਂਹ ਕਾਰਨ ਉਹ ਡਿਸਟਰੋਏ ਹੋ ਚੁੱਕਿਆ ਸੀ ਉਸ ਨੂੰ ਮੁੜ ਬਸਾਇਆ ਗਿਆ ਤੇ ਉਹਦਾ ਨਾਂ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਜੀ ਦੇ ਨਾਂ ਤੇ ਹਰਗੋਬਿੰਦਪੁਰ ਰੱਖਿਆ ਗਿਆ ਠੀਕ ਹੈ ਓਕੇ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ ਇਹ ਇੰਪੋਰਟੈਂਟ ਕੁਐਸਚਨ ਹੈ 트리플 ਐਸ ਬੋਰਡ ਪੁੱਛ ਵੀ ਚੁੱਕਿਆ ਇਸ ਨੂੰ ਠੀਕ ਹੈ ਡੱਬੀ ਬਾਜ਼ਾਰ ਦੇ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਲਾਹੌਰ ਦੇ ਵਿੱਚ ਇਸ ਟਾਈਮ ਕੀ ਸੀਗਾ ਵੜਦੇ ਪ੍ਰਭਾਵ ਨੂੰ ਦੇਖਦੇ ਹੋਏ ਸਿੱਖਾਂ ਦੇ ਵੜਦੇ ਪ੍ਰਭਾਵ ਪ੍ਰਭਾਵ ਨੂੰ ਦੇਖਦੇ ਹੋਏ ਤਾਂ ਕੱਟੜ ਮੁ슬ਮਨ ਨੇਤਾ ਸੀਗਾ ਇੱਕ ਸੇਕ ਅਹਿਮਦ ਸਰਹਿੰਦੀ ਯਾਦ ਰੱਖਣਾ ਹੈ ਜੀ ਸੇਕ ਅਹਿਮਦ ਸਰਹਿੰਦੀ ਨੇ ਇੱਕ ਮੁਹਿੰਮ ਸ਼ੁਰੂ ਕਰੀ ਹੈ ਜੀ ਮੁ슬ਮ ਧਰਮ ਦੇ ਪ੍ਰਚਾਰ ਵਾਸਤੇ ਤੇ ਸਿੱਖਾਂ ਦੇ ਵਧਦੇ ਹੋਏ ਪ੍ਰਭਾਵ ਦੇ ਖਿਲਾਫ ਕਿਹੜੀ ਮੁਹਿੰਮ ਸ਼ੁਰੂ ਕਰੀ ਸੀਗੀ ਨਕਸ਼ਬੰਦੀ ਕਿਹੜੀ ਨਕਸ਼ਬੰਦੀ ਇੰਪੋਰਟੈਂਟ ਹੈ ਡਾਇਰੈਕਟ ਪੁੱਛੇ ਜਾਂਦੇ ਨਕਸ਼ਬੰਦੀ ਕਿਨੇ ਸ਼ੁਰੂ ਕਰੀਏ ਸੇਖ ਅਹਿਮਦ ਬਿਨ ਸਰਹਿੰਦੀ ਨੇ ਜਾਂ ਸੇਖ ਅਹਿਮਦ ਸਰਹਿੰਦੀ ਨੇ ਠੀਕ ਹੈ ਇਹਦੇ ਚ ਉਹੀ ਹੈ ਮੁਸਲਿਮ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਸਿੱਖਾ ਦੇ ਇਨਫਲੂਐਂਸ ਤੋਂ ਇਹਨੂੰ ਬਚਾਉਣਾ ਹੈ ਠੀਕ ਹੈ ਮੁਸਲਿਮ ਧਰਮ ਲੋਕ ਓਕੇ ਫਿਰ ਆਪਾਂ ਗੱਲ ਕਰਦੇ ਹਾਂ ਸ਼ਹੀਦੀ ਦੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਗੁਰੂ ਕਿਹੜੇ ਆ ਜੀ ਗੁਰੂ ਅਰਜਨ ਦੇਵ ਜੀ ਠੀਕ ਹੈ 30 ਮਈ 1606 ਦੇਖਦੇ ਹਾਂ ਜੀ ਹੁੰਦਾ ਕਿ ਇਹ ਜਿਹੜਾ ਮੁਗਲ ਬਾਦਸ਼ਾਹ ਸੀਗਾ ਇਸ ਟਾਈਮ ਜਹਾਂਗੀਰ ਉਹਦਾ ਪੁੱਤਰ ਹੁੰਦਾ ਜੀ ਖੁਸਰੋ ਯਾਦ ਰੱਖਣਾ ਪੇਪਰ 'ਚ ਡਾਇਰੈਕਟ ਕੁਸਚਨ ਆ ਜਾਂਦਾ ਹੈ ਖੁਸਰੋ ਦੇ ਪਿਤਾ ਦਾ ਨਾਮ ਜਾਂ ਜਹਾਂਗੀਰ ਦੇ ਪੁੱਤਰ ਦਾ ਨਾਮ ਕੀ ਸੀਗਾ ਖੁਸਰੋ ਖੁਸਰੋ ਕਰ ਦਿੰਦਾ ਆਪਣੇ ਪਿਤਾ ਦੇ ਖਿਲਾਫ ਹੀ ਵਿਦਰੋਹ ਠੀਕ ਹੈ ਜੀ ਵਿਦਰੋਹ ਦਬਾ ਲਿਆ ਜਾਂਦਾ ਹੈ ਵਿਦਰੋਹ ਦਬਾਉਣ ਤੋਂ ਬਾਅਦ ਗੁਰੂ ਜੀ ਨੂੰ ਗ੍ਰਿਫਤਾਰ ਕਰਿਆ ਜਾਂਦਾ ਹੈ ਠੀਕ ਹੈ ਕਿਉਂ ਕਿਉਂਕਿ ਦੋਸ਼ ਲਗਾਇਆ ਜਾਂਦਾ ਹੈ ਕਿ ਖੁਸਰੋ ਜਦੋਂ ਪੰਜਾਬ ਦੇ ਵਿੱਚ ਸੀਗਾ ਤਾਂ ਲਾਹੌਰ ਜਾਂਦੇ ਟਾਈਮ ਉਹ ਗੋਵਿੰਦਵਾਲ ਰੁਕਿਆ ਸੀਗਾ ਤੇ ਗੋਇੰਦਵਾਲ ਦੇ ਵਿੱਚ ਉਹਦੀ ਮੁਲਾਕਾਤ ਹੋਈ ਹੈ ਗੁਰੂ ਅਰਜਨ ਦੇਵ ਜੀ ਦੇ ਨਾਲ ਠੀਕ ਹੈ ਯਾਦ ਰੱਖਣਾ ਵਿਦਰੋਹ ਕਿਉਂਕਿ ਖੁਸਰੋ ਲਾਹੌਰ ਜਾਂਦੇ ਸਮੇਂ ਰਾਵਿਚ ਗੋਇੰਦਵਾਲ ਵਿਖੇ ਗੁਰੂ ਜੀ ਨੂੰ ਮਿਲ ਕੇ ਗਿਆ ਸੀ ਤੇ ਸਾਰਾ ਦੋਸ਼ ਕੀਤੇ ਤੇ ਮੜ ਦਿੱਤਾ ਜਾਂਦਾ ਹੈ ਜੀ ਗੁਰੂ ਜੀ ਤੇ ਮੜ ਦਿੱਤਾ ਜਾਂਦਾ ਕਿ ਇਹਨਾਂ ਨੇ ਹੀ ਉਕਸਾਇਆ ਸੀਗਾ ਵਿਦਰੋਹ ਵਾਸਤੇ ਠੀਕ ਹੈ ਸਾਰਾ ਦੋਸ਼ ਲੱਗ ਜਾਂਦਾ ਹੈ ਜੀ ਠੀਕ ਹੈ ਲੋਕ ਜਿਹੜੇ ਹੁੰਦੇ ਆ ਕੰਨ ਭਰ ਦਿੰਦੇ ਆ ਜਹਾਂਗੀਰ ਦੇ ਤਾਂ ਜਹਾਂਗੀਰ ਕੀ ਕਰਦਾ ਹੈ ਜਹਾਂਗੀਰ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਨੂੰ ਆਰਡਰ ਦਿੰਦਾ ਕਿ ਬਈ ਜੇ ਲਾਓ ਗ੍ਰਿਫਤਾਰ ਕਰ ਲਓ ਠੀਕ ਹੈ ਜੀ ਜੇ ਲਿਆਓ ਗ੍ਰਿਫਤਾਰ ਕਰਕੇ ਲਿਆਓ ਠੀਕ ਹੈ ਤਾਂ ਗ੍ਰਿਫਤਾਰੀ ਦਾ ਹੁਕਮ ਦਿਆ ਤਾਂ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਕਿੱਥੇ ਲੈ ਕੇ ਜਾਇਆ ਜਾਂਦਾ ਜੀ ਲਾਹੌਰ ਲੈ ਜਾਇਆ ਜਾਂਦਾ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਕਿੰਨੇ ਲੱਖ ਦਾ 2 ਲੱਖ ਦਾ ਪਰ ਗੁਰੂ ਜੀ ਜੁਰਮਾਨਾ ਦੇਣ ਤੋਂ ਕੀ ਕਰ ਦਿੰਦੇ ਆ ਮਨ ਕਰ ਦਿੰਦੇ ਆ ਤਾਂ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਜ਼ੁਲਮ ਹੁੰਦਾ ਹੈ ਕਾਫੀ ਤੇ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਇਹ ਫੋਟੋ ਤੁਸੀਂ ਦੇਖ ਸਕਦੇ ਹੋ ਤੇ ਅੰਦਾਜ਼ਾ ਲਗਾ ਸਕਦੇ ਹੋ ਠੀਕ ਹੈ ਆਪਾਂ ਬਚਪਨ ਤੋਂ ਪੜਦੇ ਹੀ ਜਾ ਰਹੇ ਹਾਂ ਠੀਕ ਹੈ ਤਾਂ ਉਹਨਾਂ ਜ਼ੁਲਮ ਕਰਨ ਵਾਲਿਆਂ ਦੇ ਵਿੱਚ ਇੱਕ ਬੰਦਾ ਵੀ ਸੀਗਾ ਜੀ ਚੰਦੂ ਸ਼ਾ ਹੋਰ ਬਹੁ ਸੀਗੇ ਬਟ ਆਪਾਂ ਨੂੰ ਆਪਣੇ ਐਗਜ਼ਾਮ ਪੁਆਇੰਟ ਆਫ ਦੇ ਨਾਲ ਯਾਦ ਰੱਖਣਾ ਚੰਦੂ ਸਾਹ ਚੰਦੂ ਸਾਹ ਦੀ ਨਿੱਜੀ ਦੁਸ਼ਮਣੀ ਸੀਗੀ ਨਿੱਜੀ ਦੁਸ਼ਮਣੀ ਕੀ ਹੈ ਉਹਨੇ ਆਪਣੇ ਮੁੰਡੇ ਦਾ ਆਪਣੀ ਕੁੜੀ ਦਾ ਚੰਦੂ ਸਾਹ ਨੇ ਆਪਣੀ ਕੁੜੀ ਦਾ ਰਿਸ਼ਤਾ ਭੇਜਿਆ ਸੀਗਾ ਗੁਰੂ ਅਰਜਨ ਦੇਵ ਜੀ ਦੇ ਮੁੰਡੇ ਯਾਨੀ ਗੁਰੂ ਹਰਗੋਬਿੰਦ ਜੀ ਵਾਸਤੇ ਠੀਕ ਹੈ ਜਿਹੜਾ ਕਿ ਗੁਰੂ ਜੀ ਨੇ ਸਾਫ਼ ਮਨਾਂ ਕਰ ਦਿੱਤਾ ਠੀਕ ਹੈ ਤਾਂ ਚੰਦੂ ਸਾਹ ਗੁਰੂ ਘਰ ਵਿੱਚ ਇੱਕ ਵਿਆਹਿਕ ਗੱਠ ਜੋੜ ਚਾਹੁੰਦਾ ਸੀਗਾ ਤੇ ਆਪਣੀ ਧੀ ਦਾ ਵਿਆਹ ਗੁਰੂ ਜੀ ਦੇ ਪੁੱਤਰ ਸ੍ਰੀ ਹਰਗੋਬਿੰਦ ਜੀ ਨਾਲ ਕਰਨਾ ਚਾਹੁੰਦਾ ਸੀ ਪਰ ਇਸ ਸਪੇਸ ਕਸ ਨੂੰ ਗੁਰੂ ਜੀ ਨੇ ਟੁਕਰਾ ਦਿੱਤਾ ਠੀਕਾ ਠੀਕ ਹੈ ਓਕੇ ਤਾਂ ਜੁਰਮ ਹੋ ਰਹੇ ਹੈ ਤਾਂ ਤਾਂ ਗੁਰੂ ਅਰਜਨ ਦੇਵ ਜੀ ਕੀ ਕਰਦੇ ਹੈ ਭਾਈ ਬੁੱਢਾ ਜੀ ਨੂੰ ਕਹਿੰਦੇ ਹੈ ਕਿ ਅਗਲਾ ਗੁਰੂ ਉਹਨਾਂ ਦੇ 11 ਸਾਲ ਦੇ ਪੁੱਤਰ ਗੁਰੂ ਹਰਗੋਬਿੰਦ ਜੀ ਨੂੰ ਮਤਲਬ ਹਰਗੋਬਿੰਦ ਨੂੰ ਬਣਾਉਣਾ ਹੈ ਠੀਕ ਹੈ ਤੇ 30 ਮਈ 1606 ਨੂੰ ਗੁਰੂ ਜੀ ਲਾਹੌਰ ਵਿਖੇ ਜੋਤੀ ਜੋਤ ਸਮਾ ਜਾਂਦੇ ਹੈ ਠੀਕ ਹੈ ਇੰਨੇ ਪੁਆਇੰਟ ਯਾਦ ਰੱਖਣੇ ਹੈ ਬਸ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਹਿਲੇ ਗੁਰੂ ਕੋਣ ਹੈ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਸੱਚਾ ਪਾਤਸ਼ਾਹ ਕਿਹਾ ਜਾਂਦਾ ਹੈ ਠੀਕ ਹੈ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਯਾਦ ਰੱਖਣਾ ਇਹ ਕੁਸ਼ਚਨ ਆ ਜਾਂਦਾ ਹੈ ਠੀਕ ਹੈ ਜੀ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਹਿਲੇ ਗੁਰੂ ਕੋਣ ਹੈ ਗੁਰੂ ਅਰਜਨ ਦੇਵ ਜੀ ਇੱਥੋਂ ਤੱਕ ਕਲੀਅਰ ਹੈ ਠੀਕ ਹੈ ਜੀ ਤੇ ਨੈਕਸਟ ਗੁਰੂ ਕੌਣ ਬਣੇ ਗੁਰੂ ਹਰਗੋਬਿੰਦ ਜੀ ਠੀਕ ਹੈ ਨੈਕਸਟ ਗੁਰੂ ਯਾਨੀ ਛੇਵੇਂ ਗੁਰੂ ਕੋਣ ਹੈ ਜੀ ਗੁਰੂ ਹਰਗੋਬਿੰਦ ਜੀ ਜਨਮ 14 ਜੂਨ 1595 ਜਗ੍ਹਾ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ओके ਮਾਤਾ ਪਿਤਾ ਦਾ ਨਾਮ ਤੁਹਾਨੂੰ ਪਤਾ ਹੈ ਮਾਤਾ ਦਾ ਨਾਮ ਮਾਤਾ ਗੰਗਾ ਜੀ ਤੇ ਪਿਤਾ ਦਾ ਨਾਮ ਗੁਰੂ ਅਰਜਨ ਦੇਵ ਜੀ ਯਾਨੀ ਪੰਜਵੇਂ ਗੁਰੂ ਠੀਕ ਹੈ ਮੁੜਲੀ ਸਿੱਖਿਆ ਇਹਨਾਂ ਨੂੰ ਭਾਈ ਗੁਰਦਾਸ ਤੋਂ ਮਿਲੀ ਹੈ ਠੀਕ ਹੈ ਤੇ ਬਾਬਾ ਬੁੱਢਾ ਜੀ ਤੋਂ ਮਿਲੀ ਹੈ ਇਹਨਾਂ ਨੇ ਆਦੀ ਗ੍ਰੰਥ ਨੂੰ ਆਪਣੇ ਹੱਥਾਂ ਨਾਲ ਲਿਖਿਆ ਤੇ ਇਹ ਪਹਿਲੀ ਗ੍ਰੰਥੀ ਸੀਗੀ ਤਾਂ ਮਤਲਬ ਇੰਨੇ ਵਿਦਵਾਨਾਂ ਤੋਂ ਇਹਨਾਂ ਨੂੰ ਮੁੜਲੀ ਸਿੱਖਿਆ ਮਿਲੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਹਨਾ ਕਿ ਸਿੱਖਿਆ ਦਾ ਲੈਵਲ ਕੀ ਹੋਣਾ ਤਿੰਨ ਵਿਆਹ ਹੋਏ ਆ ਜੀ ਠੀਕ ਹੈ ਤਿੰਨ ਪਤਨੀਆਂ ਦੇ ਨਾਮ ਇੱਥੇ ਲਿਖੇ ਹੋਏ ਆ ਬੀਬੀ ਦਾਮੋਦਰੀ ਬੀਬੀ ਮਹਾਦੇਵੀ ਤੇ ਬੀਬੀ ਜਾਂ ਮਾਤਾ ਨਾਨਕੀ ਠੀਕ ਹੈ ਜੀ ਇਹ ਜਗਾ ਹੈਗੀ ਆ ਡੱਲਾ ਨਿਵਾਸੀ ਸ੍ਰੀ ਨਾਰਾਇਣ ਦਾਸ ਦੀ ਪੁੱਤਰੀ ਸੀਗੀ ਜੀ ਬੀਬੀ ਦਾ ਮੋਦਰੀ ਬੀਬੀ ਮਹਾਦੇਵੀ ਮੰਡਿਆਲੀ ਨਿਵਾਸੀ ਦਾਇਆ RAM ਦੀ ਪੁੱਤਰੀ ਸੀਗੀ ਤੇ ਮਾਤਾ ਨਾਨਕੀ ਬਾਬਾ ਬਕਾਲੇ ਨਿਵਾਸੀ ਸ੍ਰੀ ਹਰੀ ਚੰਦ ਜੀ ਦੀ ਪੁੱਤਰੀ ਸੀਗੀ ਠੀਕ ਹੈ ਯਾਦ ਰੱਖਣਾ ਬੱਚੇ ਦੀ ਜੇ ਗੱਲ ਕਰਦੇ ਆ ਤਾਂ ਬਾਬਾ ਗੁਰਦਿੱਤਾ ਬਾਬਾ ਸੂਰਜਮਲ ਬਾਬਾ ਅਨੀਰਾਏ ਬਾਬਾ ਅਟਲਰਾਏ ਤੇ ਬਾਬਾ ਤਿਆਗਮਲ ਇਹ ਤਾਂ ਮੁੰਡੇ ਸੀਗੇ ਤੇ ਇੱਕ ਪੁੱਤਰੀ ਸੀਗੀ ਜੀ ਬੀਬੀ ਵੀਰੋ ਠੀਕ ਹੈ ਇਹ ਯਾਦ ਰੱਖਣੇ ਆ ਜੀ ਇਹ ਪੁੱਤਰ ਤੇ ਪੁੱਤਰੀ ਗੱਦੀ ਮਿਲੀ ਹੈ 1606 ਦੇ ਵਿੱਚ ਜਦੋਂ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਪ੍ਰਾਪਤ ਹੋਈ ਹੈ ਲਾਹੌਰ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਗੱਦੀ ਮਿਲੀ ਹੈ 1606 ਦੇ ਵਿੱਚ ਠੀਕ ਹੈ ਓਕੇ ਤਾਂ ਗੁਰੂ ਹਰਗੋਬਿੰਦ ਜੀ ਆਪਣੇ ਨਾਲ ਦੋ ਤਲਵਾਰਾਂ ਰੱਖਦੇ ਸੀਗੇ ਮੀਰੀ ਤੇ ਪੀਰੀ ਤਾਂ ਉਹ ਹੀ ਦੇਖਾਂਗੇ ਆਪਾਂ ਗੁਰੂ ਹਰਗੋਬਿੰਦ ਜੀ ਨੇ ਸੇਲੀ ਸੇਲੀ ਕੀ ਹੈ ਉਹਨਾਂ ਦੀ ਮਾਲਾ ਠੀਕ ਹੈ ਉਹ ਕਮਰ ਦੇ ਉੱਤੇ ਹੁੰਦੀ ਸੀ ਉਸ ਦੀ ਥਾਂ ਤੇ ਕਮਰ ਦੇ ਉੱਤੇ ਮਤਲਬ ਥੈਲੀ ਜਿਹੜੀ ਉੰਦੀ ਮਾਲਾ ਉਹਦੀ ਥਾਂ ਤੇ ਕਮਰ ਦੇ ਉੱਤੇ ਕੀ ਹੈ ਕਮਰ ਦੇ ਉੱਤੇ ਦੋ ਤਲਵਾਰਾਂ ਮੀਰੀ ਤੇ ਪੀਰੀ ਉਹ ਧਾਰਨ ਕਰੀਆ ਠੀਕ ਹੈ ਦੋ ਤਲਵਾਰਾਂ ਮੀਰੀ ਤੇ ਪੀਰੀ ਯਾਦ ਰੱਖਣਾ ਹੈ ਕੁਸ਼ਣ ਆਉਂਦਾ ਹੈ ਮੀਰੀ ਤੇ ਪੀਰੀ ਦੇ ਮਾਲਕ ਕਿਹਨੂੰ ਕਿਹਾ ਜਾਂਦਾ ਹੈ ਸਤਿਸ਼ੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜਾਂਦਾ ਹੈ ਠੀਕ ਹੈ ਮੀਰੀ ਤੇ ਪੀਰੀ ਮੀਰੀ ਤਲਵਾਰ ਇਹ ਸੰਸਾਰੀ ਕੰਮਾਂ ਲਈ ਸੀ ਇਸ ਦਾ ਉਦੇਸ਼ ਕੀ ਸੀਗਾ ਜ਼ੁਲਮਾਂ ਦਾ ਸਾਹਮਣਾ ਕਰਨਾ ਹੈ ਠੀਕ ਹੈ ਪੀਰੀ ਤਲਵਾਰ ਧਾਰਮਿਕ ਕਮਾਲੀ ਸੀ ਐਕਦਾਮ ਉਦੇਸ਼ ਕੀ ਸੀਗਾ ਜੀ ਸਿੱਖ ਧਰਮ ਦੀ ਰੱਖਿਆ ਕਰਨੀ ਹੈ ਓਕੇ ਠੀਕ ਹੈ ਇਹ ਦੋਨੇ ਪੁਆਇੰਟ ਯਾਦ ਰੱਖਣੇ ਆ ਤੇ ਗੁਰੂ ਹਰਗੋਬਿੰਦ ਜੀ ਨੇ ਰਾਜੇ ਮਹਾਰਾਜਾ ਵਾਂਗੂ ਦਸਤਾਰ ਦੇ ਉੱਪਰ ਕਲਗੀ ਲਗਾਣੀ ਸ਼ੁਰੂ ਕਰੀ ਹੈ ਤੇ ਮਹਿੰਗੇ ਪੋਸ਼ਾਕ ਜਿਵੇਂ ਰਾਜੇ ਮਹਾਰਾਜੇ ਪਾਉਂਦੇ ਸੀਗੇ ਉਹ ਤੇ ਇੱਕ ਵੱਡਾ ਦਰਬਾਰ ਅਰੇਂਜ ਕਰਵਾਇਆ ਠੀਕ ਹੈ ਜੀ ਬਿਲਕੁਲ ਮਤਲਬ ਇੱਕ ਤਰ੍ਹਾਂ ਨਾਲ ਚੇਂਜਸ ਰਿਲੀਜਨ ਦੇ ਵਿੱਚ ਆਣੇ ਸ਼ੁਰੂ ਹੋ ਗਏ ਆ ਠੀਕ ਹੈ ਗੁਰੂ ਹਰਗੋਬਿੰਦ ਜੀ ਤੋਂ ਬਿਲਕੁਲ ਸੈਨਿਕੀਕਰਨ ਕਰਿਆ ਗਿਆ ਠੀਕ ਹੈ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਸਿੱਖਾਂ ਨੂੰ ਮਿਲਟਰੀ ਦੇ ਵਿੱਚ ਜਾਂ ਸਿੱਖਾਂ ਨੂੰ ਕਿਸੇ ਤਰ੍ਹਾਂ ਦਾ ਮਿਲਟਰੀਕਰਨ ਕਿਨੇ ਕਰਿਆ ਜਾਂ ਫੌਜ ਫੌਜਦ ਕੀਨੇ ਤਿਆਰ ਕਰਨੀ ਸ਼ੁਰੂ ਕਰੀਏ ਕਿਹੜੇ ਗੁਰੂ ਨੇ ਤਾਂ ਯਾਦ ਰੱਖਣਾ ਛੇਵੇਂ ਗੁਰੂ ਤੋਂ ਸ਼ੁਰੂਆਤ ਹੋ ਚੁੱਕੀ ਹੈ ਜੀ ਠੀਕ ਹੈ ਉਪਾਦੀ ਧਾਰਨ ਕੀਤੀ ਹੈ ਸੱਚਾ ਪਾਤਸ਼ਾਹ ਦੇਖੋ ਇਹਨਾਂ ਨੇ ਉਪਾਦੀ ਧਾਰਨ ਕੀਤੀ ਹੈ ਸੱਚਾ ਪਾਤਸ਼ਾਹ ਬੈਸੇਜੇ ਕੁਐਸਚਨ ਇਹ ਵੀ ਆ ਜਾਂਦਾ ਹੈ ਹਨਾ ਕਿ ਸੱਚਾ ਪਾਤਸ਼ਾਹ ਕਿਹਨੂੰ ਕਿਹਾ ਜਾਂਦਾ ਹੈ ਤਾਂ ਪੰਜਵੇਂ ਗੁਰੂ ਨੂੰ ਵੀ ਕਿਹਾ ਜਾਂਦਾ ਹੈ ਠੀਕ ਹੈ ਬਟ ਛੇਵੇਂ ਗੁਰ ਇਹ ਯਾਦ ਰੱਖਣਾ ਹੈ ਠੀਕ ਹੈ ਤਹਿਰ ਦੀ ਸਥਾਪਨਾ ਕਿਹੜੀ ਕਰੀ ਹੈ ਜੀ ਤਕੀਰਤਪੁਰ ਸਾਹਿਬ ਦੀ ਸਥਾਪਨਾ ਕਰੀ ਹੈ ਜਿਹੜਾ ਕਿ ਅਰਜਕਲ ਰੂਪਨਗਰ ਦੇ ਵਿੱਚ ਹੈ ਜ਼ਿਲ੍ਹਾ ਰੂਪਨਗਰ ਦੇ ਵਿੱਚ ਹੈਗਾ ਕਿਰਤਪੁਰ ਸਾਹਿਬ ਠੀਕ ਹੈ ਸਮਕਾਲੀ ਸ਼ਾਸਕ ਇੱਕ ਜਹਾਂਗੀਰ ਸੀਗਾ ਤੇ ਜਹਾਂਗੀਰ ਤੋਂ ਬਾਅਦ ਉਹਦਾ ਮੁੰਡਾ ਬਣਦਾ ਜੀ ਸਹਾਜਾ ਠੀਕ ਹੈ ਤਾਜ ਮਹਿਲ ਵਾਲਾ ਸਹਾਜਾ ਓਕੇ ਚਲੋ ਦੇਖਦੇ ਆ ਅੱਗੇ ਠੀਕ ਹੈ ਜੀ ਤਾਂ ਰਾਜੇ ਮਹਾਰਾਜਾ ਮੰਗੂ ਰੈਣਾ ਸ਼ੈਣਾ ਸਟਾਰਟ ਕਰਿਆ ਜੀ ਇੱਕ ਫੌਜ ਬਣਾਈ ਹੈ ਫੌਜ ਦੇ ਵਿੱਚ 500 ਸੈਨਿਕ ਭਰਤੀ ਹੋਏ ਆ ਉਹਨਾਂ ਨੂੰ 100-100 ਦੇ ਸੈਨਿਕਾਂ ਦੇ ਪੰਜ ਜੱਥੇ ਬਣਾ ਕੇ ਡਿਵਾਈਡ ਕਰਿਆ ਗਿਆ ਠੀਕ ਹੈ ਪੰਜ ਜੱਥਿਆਂ ਦੇ ਵਿੱਚ ਰੱਖਿਆ ਗਿਆ ਹਰ ਜੱਥੇ ਦੇ ਵਿੱਚ 100 ਸੈਨਿਕ ਹੁੰਦੇ ਸੀਗੇ ਠੀਕ ਹੈ ਗੁਰੂ ਜੀ ਨੇ 52 ਬੋਡੀਗਾਰਡ ਯਾਨੀ ਅੰਗਰੱਖਕ ਵੀ ਭਰਤੀ ਕਰਿਆ ਜਿਹੜੇ ਹਮੇਸ਼ਾ ਗੁਰੂ ਜੀ ਦੇ ਨਾਲ ਹੀ ਰਹਿੰਦੇ ਸੀਗੇ ਠੀਕ ਹੈ ਤੇ ਹੌਲੀ-ਹੌਲੀ ਸੈਨਾ ਜਿਹੜੀ ਉਹ 500 ਤੋਂ 2500 ਤੱਕ ਹੋ ਗਈ 500 ਤੋਂ 2500 ਤੱਕ ਪਹੁੰਚ ਗਈ ਜੀ ਠੀਕ ਹੈ ਮੁਸਲਮ ਵੀ ਬਹੁਤ ਸਾਰੇ ਸ਼ਾਮਿਲ ਹੋਏ ਆ ਤੇ ਉਹ ਜਿਹੜੇ ਪਠਾਨ ਮੁਸਲਮ ਸ਼ਾਮਿਲ ਹੋਏ ਆ ਉਹਨਾਂ ਵਾਸਤੇ ਇੱਕ ਅਲੱਗ ਰੈ ਉਸ ਰੈਜੀਮੈਂਟ ਦਾ ਸੈਨਾਪਤੀ ਕੌਣ ਸੀਗਾ ਪੈਂਦਾ ਖਾਨ ਕੌਣ ਸੀਗਾ ਜੀ ਪੈਂਦਾ ਖਾਨ ਮਸੰਦ ਜਿਹੜੇ ਸੀਗੇ ਵੀ ਜਿਹਨਾਂ ਨੂੰ ਅਲੱਗ-ਅਲੱਗ ਜਗ੍ਹਾ ਭੇਜਿਆ ਗਿਆ ਸੀਗਾ ਪੈਸਾ ਇਕੱਠਾ ਕਰਨ ਵਾਸਤੇ ਦਾਨ ਇਕੱਠਾ ਕਰਨ ਵਾਸਤੇ ਠੀਕ ਹੈ ਜਾਂ ਪ੍ਰਚਾਰ ਕਰਨ ਵਾਸਤੇ ਵੀ ਕਹਿ ਸਕਦੇ ਆਪਾਂ ਉਹਨਾਂ ਨੂੰ ਆਰਡਰ ਦੇ ਗਏ ਆ ਕਿ ਦਾਨ ਦੇ ਵਿੱਚ ਤੁਸੀਂ ਹਥਿਆਰ ਤੇ ਘੋੜੇ ਲਓ ਠੀਕ ਹੈ ਦਾਨ ਦੇ ਵਿੱਚ ਹਥਿਆਰ ਤੇ ਘੋੜੇ ਲਓ ਤਾਂ ਕਿ ਸੈਨਾ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰ ਸਕੀਏ ਤੇ ਸੈਨਾ ਵਾਸਤੇ ਵਧੀਆ ਹੋਵੇ ਹਨਾ ਤਾਂ ਜੀ ਉਹ ਦਾਨ ਤੇ ਘੋੜੇ ਲੈਣੇ ਸ਼ੁਰੂ ਕਰ ਦਿੰਦੇ ਆ ਇੱਕ ਨਵੀਂ ਬਿਲਡਿੰਗ ਦਾ ਨਿਰਮਾਣ ਇਹਨਾਂ ਨੇ ਸ਼ੁਰੂ ਕਰਾਇਆ ਜੀ ਹਰਮੰਦਰ ਸਾਹਿਬ ਦੇ ਸਾਹਮਣੇ ਇੱਕ ਨਵੀਂ ਇਮਾਰਤ ਅਕਾਲ ਬੁੰਗਾ ਦਾ ਨਿਰਮਾਣ ਕਰਵਾਉਣਾ ਸ਼ੁਰੂ ਕਰਿਆ ਬਹੁਤ ਇੰਪੋਰਟੈਂਟ ਹੈ ਡਾਇਰੈਕਟ ਪੁੱਛਿਆ ਜਾਂਦਾ ਹੈ ਅਕਾਲ ਬੁੰਗਾ ਨੂੰ ਅੱਜ ਕੱਲ ਆਪਾਂ ਸ਼੍ਰੀ ਅਕਾਲ ਤਖਤ ਕਿਹਾ ਜਾਂਦਾ ਹੈ ਜੀ ਯਾਦ ਰੱਖਣਾ ਹੈ 1606 ਤੋਂ 9 ਦੀ ਗੱਲ ਹੈ ਇਹ ਪੂਰਾ ਦਾ ਪੂਰਾ ਵਿਜੀਬਲ ਹੈ ਨਾ ਬਿਲਕੁਲ ਇਹ ਹੋ ਗਿਆ ਦਰਬਾਰ ਸਾਹਿਬ ਹਰਮੰਦਰ ਸਾਹਿਬ ਠੀਕ ਹੈ ਇਹ ਹੈਗੇ ਆ ਜੀ ਅਕਾਲ ਤਖਤ ਸਾਹਮਣੇ ਬਿਲਕੁਲ ਠੀਕ ਹੈ ਯਾਦ ਰੱਖਣਾ ਹੈ ਅਕਾਲ ਤਖਤ ਦਾ ਨਿਰਮਾਣ ਪਹਿਲਾਂ ਕੀ ਕਿਹਾ ਜਾਂਦਾ ਸੀ ਗਾਲ ਤਖਤ ਨੂੰ ਅਕਾਲ ਬੂੰਗਾ ਕਿਨੇ ਕਰਵਾਉਣਾ ਸ਼ੁਰੂ ਕਰਿਆ ਜੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਨੇ ਅੰਡਰਸਟੈਂਡ ਅਕਾਲ ਤਖਤ ਦੇ ਅੰਦਰ ਹੀ 12 ਫੁੱਟ ਉਚਾਈਕ ਚਬੂਤਰਾ ਵੀ ਸੀਗਾ ਉਹਦੇ ਉੱਤੇ ਗੁਰੂ ਜੀ ਬੈਠ ਕੇ ਸੈਨਿਕਾਂ ਦੇ ਕਰਤੱਵ ਵਗੈਰਾ ਦੇਖਦੇ ਸੀ ਟ੍ਰੇਨਿੰਗ ਦਿੰਦੇ ਸੀਗੇ ਠੀਕ ਹੈ ਜਾਂ ਕੋਈ ਵੀ ਉਦੇਸ਼ ਵਗੈਰਾ ਦੇਣਾ ਉਪਦੇਸ਼ ਵਗੈਰਾ ਸਾਰਾ ਕੁਝ ਉੱਥੇ ਬੈਠ ਕੇ ਕਰਦੇ ਸੀਗੇ ਯਾਦ ਰੱਖਣਾ ਠੀਕ ਹੈ ਸੈਨਿਕਾਂ ਦੇ ਵਿੱਚ ਜਿਹੜੇ ਮਤਲਬ ਸੈਨਾ ਦੇ ਵਿੱਚ ਭਰਤੀ ਹੋਏ ਉਹਨਾਂ ਦੇ ਵਿੱਚ ਜੋਸ਼ ਭਰਨ ਵਾਸਤੇ वीर रस दी कहानियां 12 ਸੁਣਾਣੀ ਸ਼ੁਰੂ ਕਰੀ ਗਈਆਂ ਤੇ ਉਹਦੇ ਵਾਸਤੇ ਦੋ ਬੰਦੇ ਹੋਰ ਭਰਤੀ ਕਰੇ ਗਏ ਜੀ ਇੱਕ ਅਬਦੁੱਲਾ ਤੇ ਇੱਕ ਨੱਥਾਮਲ ਨੱਥਾਮਲ ਠੀਕ ਹੈ ਨਾ ਅਬਦੁੱਲਾ ਤੇ ਨੱਥਾਮਲ ਨੂੰ ਵੀਰ रस ਦੀ 12 ਗਾਉਣ ਦੇ ਲਈ ਭਰਤੀ ਕਿਹਾ ਗਿਆ ਇਹ ਵੀਰ रस ਦੀਆਂ ਸਟੋਰੀਆਂ ਗਾਣੇ ਹਨਾ 12 ਉਹ ਸੁਣਾਉਂਦੇ ਸੀਗੇ ਤੇ ਸੈਨਿਕਾ ਦੇ ਵਿੱਚ ਜੋਸ਼ ਹੈ ਜਿਹੜਾ ਉਹ ਭਰਦੇ ਸੀ ਠੀਕ ਹੈ ਅੰਮ੍ਰਿਤਸਰ ਦੀ ਸੇਫਟੀ ਵਾਸਤੇ ਕਿ ਕਿਲਾ ਬਣਾਇਆ ਗਿਆ ਜੀ ਲੋਹਗੜ ਦਾ ਕਿਲਾ ਠੀਕ ਹੈ ਯਾਦ ਰੱਖਣਾ ਤੇ ਸੰਤ ਸਿਪਾਹੀ ਇਹ ਬਹੁਤ ਇੰਪੋਰਟੈਂਟ ਹੈ ਡਾਇਰੈਕਟ ਪੁੱਛੇ ਜਾਂਦਾ ਜਿਸ ਸੰਤ ਸਿਪਾਹੀ ਦੇ ਨਾਂ ਤੋਂ ਕੋਣ ਫੇਮਸ ਹੋਏ ਹੈ ਐਵੇਂ ਗੁਰੂ ਗੁਰੂ ਹਰਗੋਬਿੰਦ ਜੀ ਠੀਕ ਹੈ ਪਹਿਲੇ ਸਿੱਖ ਗੁਰੂ ਹੈ ਜਿਹੜਾ ਜੋ ਮਿਲਟਰੀ ਲੀਡਰ ਬਣੇ ਹੈ ਇਹ ਕੁਐਸਚਨ ਆਲਰੇਡੀ ਆ ਚੁੱਕਿਆ ਹੈ ਹੁਣ ਦੇਖੋ ਜੀ ਇੱਕ ਧਾਰਮਿਕ ਸੌਰੀ ਇੱਕ ਧਾਰਮਿਕ ਛਵੀ ਸੀਗੀ ਮੁਗਲਾਂ ਦੇ ਮਾਈਂਡ ਦੇ ਵਿੱਚ ਗੁਰੂ ਜੀ ਦੀ ਹੈਨਾ ਹੁਣ ਉਹਨਾਂ ਦੇ ਮਾਈਂਡ ਦੇ ਵਿੱਚ ਛਵੀ ਜਾਂ ਫਿਰ ਜਿਹੜੇ ਵਿਰੋਧੀ ਹੈਗੇ ਆ ਉਹਨਾਂ ਨੇ ਇੱਕ ਗੱਲ ਨੂੰ ਬਦਾ ਚੜਾ ਕੇ ਇਸ ਤਰ੍ਹਾਂ ਪੇਸ਼ ਕਰਿਆ ਕਿ ਹਾਂ ਜੀ ਸੈਨਾ ਤਿਆਰ ਹੋਣ ਲੱਗੀ ਹੈ ਠੀਕ ਹੈ ਪੰਜਾਬ ਦੇ ਵਿੱਚ ਸੈਨਾ ਤਿਆਰ ਹੋ ਰਹੀ ਹੈ ਰਾਜੇ ਮਹਾਰਾਜ ਆ ਵਾਂਗੂ ਰਹਿਣ ਲੱਗੇ ਆ ਜੀ ਸੱਚਾ ਪਾਤਸ਼ਾਹ ਪਾਤਸ਼ਾਹੀ ਟਾਈਟਲ ਲੈ ਲਿਆ ਐਦਾਂ ਕਰਕੇ ਮਤਲਬ ਇੱਕ ਦੀ ਦੋ ਗੱਲਾਂ ਬਣਾ ਕੇ ਉੱਥੇ ਤੱਕ ਪਹੁੰਚਾਈਆਂ ਗਈਆਂ ਤੇ ਉੱਥੇ ਫਿਰ ਇੱਕ ਮਤਲਬ ਇਮੇਜ ਕ੍ਰੀਏਟ ਕਰੀ ਗਈ ਹੈ ਕਿ ਹਾਂ ਪੰਜਾਬ ਤੁਹਾਡੇ ਹੱਥੋਂ ਨਿਕਲ ਗਿਆ ਐਦਾਂ ਕਰਕੇ ਠੀਕ ਹੈ ਨਾ ਤਾਂ ਫਿਰ ਹਥਿਆਰਾਂ ਵਾਲੀ ਗੱਲ ਸੁਣ ਕੇ ਹਥਿਆਰਾਂ ਵਾਲੀ ਸੈਨਾ ਵਾਲੀ ਗੱਲ ਸੁਣ ਕੇ ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਤੇ ਗ੍ਰਿਫਤਾਰ ਕਰਕੇ ਕਿੱਥੇ ਰੱਖਿਆ ਗਿਆ ਜੀ ਕਿੱਥੇ ਲਿਜਾਇਆ ਗਿਆ ਗਵਾਲੀਅਰ ਦੀ ਜੇਲ੍ਹ 'ਚ ਰੱਖਿਆ ਗਿਆ ਗਵਾਲੀਅਰ ਕਿੱਥੇ ਹੈ ਮੱਧ ਪ੍ਰਦੇਸ਼ ਦੇ ਵਿੱਚ ਹੈ ਐਟ ਪ੍ਰੈਜ਼ੈਂਟ ਠੀਕ ਹੈ ਜੀ ਉੱਥੇ ਗੁਰੂ ਜੀ ਤੋਂ ਇਲਾਵਾ ਹੋਰ ਵੀ ਇੰਡੀਆ ਦੇ ਅਲੱਗ-ਅਲੱਗ ਜਗ੍ਹਾ ਤੋਂ ਆਏ ਹੋਏ ਲੋਕ ਠੀਕੇ ਤੇ ਜਿਹੜੇ ਮੁਗਲਾਂ ਦੇ ਨਾਲ ਸੰਧੀ ਵਗੈਰਾ ਨਹੀਂ ਕਰਦੇ ਸੀਗੇ ਉਹ ਰਾਜੇ ਮਹਾਰਾਜੇ ਵੀ ਸੀਗੇ ਠੀਕ ਹੈ ਤੇ ਜਦੋਂ ਰਿਹਾਈ ਦਾ ਸਮਾਂ ਆਇਆ ਦੇਖੋ ਕਿੰਨਾ ਟਾਈਮ ਉੱਥੇ ਗੁਰੂ ਜੀ ਰਹੇ ਹਨਾ ਇਹ ਤਾਂ ਇਤਿਹਾਸਕਾਰਾਂ ਦੇ ਅਲੱਗ-ਅਲੱਗ ਮਤ ਠੀਕ ਹੈ 2 ਸਾਲ 4 ਸਾਲ 6 ਸਾਲ 8 ਸਾਲ ਇਵਨ ਕਈ ਤਾਂ 12 ਸਾਲ ਵੀ ਕਹਿੰਦੇ ਆ ਤਾਂ ਉਹ ਆਪਾਂ ਨੇ ਨਹੀਂ ਮਤਲਬ ਅਜੀਹਾ ਕੁਐਸਚਨ ਦੇਖਣ ਨੂੰ ਨਹੀਂ ਮਿਲਦਾ ਠੀਕ ਹੈ ਤਾਂ ਆਪਾਂ ਨੇ ਬਸ ਇਹ ਯਾਦ ਰੱਖਣਾ ਕਿ ਹਾਂ ਉੱਥੇ ਜੇਲ੍ਹ ਚ ਰਹੇ ਆ ਰਹੀ ਰਿਹਾਈ ਦਾ ਸਮਾਂ ਆਉਣ ਤੇ ਗੁਰੂ ਜੀ ਨੂੰ ਜਦੋਂ ਰਿਹਾ ਕਰਨ ਵਾਸਤੇ ਕਿਹਾ ਗਿਆ ਵੀ ਹਾਂ ਗੁਰੂ ਜੀ ਨੂੰ ਰਿਹਾ ਕਰਨਾ ਤਾਂ ਗੁਰੂ ਜੀ ਨੇ ਕਿਹਾ ਵੀ ਮੈਂ ਇਕੱਲਾ ਨਹੀਂ ਜਾਊਂਗਾ ਮੇਰੇ ਨਾਲ ਬਾਕੀ ਜਿਹੜੇ ਹੈਗੇ ਆ ਰਾਜੇ ਮਹਾਰਾਜ ਇਹ ਵੀ ਨਾਲ ਹੀ ਜਾਣਗੇ ਠੀਕ ਹੈ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਸਾਰੇ ਨੇ ਗੁਰੂ ਜੀ ਦਾ ਪੱਲਾ ਫੜਿਆ ਠੀਕ ਹੈ ਜੀ ਤੇ 52 ਹੋਰ ਰਾਜੇ ਜਿਹੜੇ ਸੀਗੇ ਉਹਨਾਂ ਦੀ ਵੀ ਰਿਹਾਈ ਹੋਈ ਹੈ ਠੀਕ ਹੈ ਐਸੇ ਕਰਕੇ ਗੁਰੂ ਜੀ ਨੂੰ ਕੀ ਕਿਹਾ ਜਾਂਦਾ ਹੈ ਬਾਬਾ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਜਾਂ ਬੰਦੀ ਛੋੜ ਵੀ ਕਿਹਾ ਜਾਂਦਾ ਹੈ ਠੀਕ ਹੈ ਯਾਦ ਰੱਖਣਾ ਤੇ ਦਿਵਾਲੀ ਵਾਲੇ ਦਿਨ ਗੁਰੂ ਜੀ ਫੇ ਪਹੁੰਚਦੇ ਆ ਹਰਿਮੰਦਰ ਸਾਹਿਬ ਯਾਨੀ ਅੰਮ੍ਰਿਤਸਰ ਪਹੁੰਚਦੇ ਆ ਤੇ ਉੱਥੇ ਫਿਰ ਦਿਵਾਲੀ ਸੈਲੀਬ੍ਰੇਟ ਕਰੀ ਜਾਂਦੀ ਹੈ ਯਾਦ ਰੱਖਣਾ ਤੇ ਉਸ ਦਿਨ ਨੂੰ ਆਪਾਂ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਉਂਦੇ ਆ ਸੇਮ ਦਿਵਾਲੀ ਵਾਲਾ ਦਿਨ ਹੀ ਹੁੰਦਾ ਓਕੇ ਪਤਾ ਹੀ ਹੈ ਬੇਸਿਕ ਜੀ ਗੱਲਾਂ ਹੈਗੀ ਆ ਇਹਦੇ ਚ ਕੁਝ ਵੀ ਨਵਾਂ ਨਹੀਂ ਤੁਹਾਨੂੰ ਆਲਰੇਡੀ ਪਤਾ ਹੈ ਆਪਾਂ ਬਚਪਨ ਤੋਂ ਤਾਂ ਪੜਦੇ ਆ ਰਹੇ ਹਾਂ ਠੀਕ ਹੈ ਨੈਕਸਟ ਹਾਂਜੀ ਜਹਾਂਗੀਰ ਚਲੋ ਠੀਕ ਹੈ ਜੀ ਜਹਾਂਗੀਰ ਨਾਲ ਰਿਲੇਸ਼ਨ ਹੈ ਥੋੜੇ ਫਿਰ ਠੀਕ ਹੋ ਜਾਂਦੇ ਆ ਰਿਹਾਈ ਤੋਂ ਬਾਅਦ ਠੀਕ ਹੈ ਜਹਾਂਗੀਰ ਤੋਂ ਬਾਅਦ ਬਣਦਾ ਹੈ ਰਾਜਾ ਸਾਜਾਹਾਂ ਸਾਜਾਹਾਂ ਬਣਦਾ ਤੇ ਇਹਦੇ ਮੁਗਲਾਂ ਮਤਲਬ ਇਹਦੇ ਬਣਨ ਤੋਂ ਬਾਅਦ ਕੀ ਹੁੰਦਾ ਮਤਭੇਦ ਵੱਧ ਜਾਂਦੇ ਆ ਜੀ ਠੀਕ ਹੈ ਮਤਭੇਦ ਮੁਗਲਾਂ ਦੇ ਨਾਲ ਵੱਧ ਜਾਂਦੇ ਆ ਓਕੇ ਬਹੁਤ ਜੇ ਕਾਰਨ ਸੀਗੇ ਠੀਕ ਹੈ ਇੱਕ ਤਾਂ ਉਹੀ ਹੈ ਸਿੱਖੀ ਦਾ ਵੱਧਦਾ ਹੋਇਆ ਪ੍ਰਭਾਵ ਠੀਕ ਹੈ ਜਿਹੜੇ ਕੱਟੜ ਮੁਸਲਮਾਨ ਸੀਗੇ ਠੀਕ ਹੈ ਉਹ ਇੱਕ ਗੱਲ ਨੂੰ ਵਧਾ ਚੜਾ ਕੇ ਉੱਥੇ ਪੇਸ਼ ਕਰਦੇ ਸੀਗੇ ਠੀਕ ਹੈ ਇਸ ਤੋਂ ਇਲਾਵਾ ਇੱਕ ਛੋਟੀ ਜੀ ਘਟਨਾ ਹੋਰ ਹੁੰਦੀ ਹੈ ਇਹਦੇ ਤੇ ਜਿਆਦਾ ਕੁਐਸਚਨ ਤਾਂ ਨਹੀਂ ਮੈਂ ਵੇਖਿਆ ਬਟ ਹਾਂ ਇੱਕ ਕੁਐਸਚਨ ਜ਼ਰੂਰ ਦੇਖਿਆ ਜਾਂਦਾ ਹੈ ਉਸ ਨੂੰ ਆਪਾਂ ਦੇਖ ਲਾਂਗੇ ਇਹ ਘਟਨਾ ਸੀਗੀ ਘਟਨਾ ਕਿਸੀ ਲਾਹੌਰ ਦਾ ਜਿਹੜਾ ਕਾਜੀ ਸੀਗਾ ਰੁਸਤਮ ਖਾਨ ਲਾਹੌਰ ਦਾ ਕਾਜੀ ਕੌਣ ਸੀਗਾ ਰੁਸਤਮ ਖਾਨ ਉਹਦੀ ਪੁੱਤਰੀ ਸੀਗੀ ਕੋਲਾ ਕੌਣ ਸੀ ਕੋਲਾ ਤਾਂ ਲਾਹੌਰ ਦਾ ਕਾਜੀ ਉਹਦੀ ਪੁੱਤਰੀ ਕੋਲਾ ਉਹ ਗੁਰੂ ਅਰਜਨ ਦੇਵ ਜੀ ਅਰਜਨ ਦੇਵ ਜੀ ਦੀ ਬਾਣੀ ਪੜਿਆ ਕਰਦੀ ਸੀ ਠੀਕ ਹੈ ਤੇ ਇਹ ਗੱਲ ਕਾਜੀ ਕਿਦਾਂ ਬਰਦਾਸ਼ਤ ਕਰ ਲੇਗਾ ਠੀਕ ਹੈ ਤਾਂ ਉਹਨੇ ਬਹੁਤ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਰੋਕ ਟੋਕ ਲਗਾਈ ਹੈ ਬਟ ਉਹਦੇ ਵਸ ਤੋਂ ਬਾਹਰ ਹੋਈ ਹੈ ਗੱਲ ਠੀਕ ਹੈ ਤਾਂ ਜਿਹੜੀ ਕੋਲਾ ਸੀਗੀ ਠੀਕ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਤੇ ਅਜਿਹੀ ਮਤਲਬ ਅਜਿਹੀ ਬਹੁਤ ਜੀ ਘਟਨਾ ਸੀਗੀ ਜਿਹਦੇ ਕਰਕੇ ਮੁਗਲਾਂ ਦੇ ਨਾਲ મતਭੇਦ ਜਿਹੜੇ ਵਾਦਦੇ ਚਲੇ ਗਏ ਠੀਕ ਹੈ ਛੋਟੀ ਮੋਟੀ ਲੜਾਈਆਂ ਹੋਈਆਂ ਲੜਾਈਆਂ ਦੇ ਵੀ ਕਾਰਨ ਆਪਾਂ ਦੇਖਾਂਗੇ ਠੀਕ ਹੈ ਚਲੋ ਆਪਾਂ ਪਹਿਲਾਂ ਲੜਾਈਆਂ ਵਾਲਾ ਟੋਪਿਕ ਹੀ ਡਿਸਕਸ ਕਰ ਲੈਂਦੇ ਠੀਕ ਹੈ ਲੜਾਈਆਂ ਰੋਹੀਲਾ ਦੀ ਲੜਾਈ 1621 ਦੇ ਵਿੱਚ ਹੋਈ ਹੈ ਬਸ ਇੰਨਾ ਹੀ ਯਾਦ ਰੱਖਣਾ ਹੈ ਹਰ ਗੋਬਿੰਦ ਪੂਰਾ ਦੀ ਲੜਾਈ ਛੋਟੀ ਜਿਹੀ ਝੜਾ ਪਈ ਸੀ 1629 ਫਿਰ ਆਪਾਂ ਦੇਖਦੇ ਆ ਜੀ ਅੰਮ੍ਰਿਤਸਰ ਦੀ ਲੜਾਈ 1634 ਠੀਕ ਹੈ ਹੁੰਦਾ ਕੀ ਹੈ ਅੰਮ੍ਰਿਤਸਰ ਦੀ ਲੜਾਈ 1634 ਦੇ ਵਿੱਚ ਮੁਗਲਾਂ ਦੇ ਕੋਈ ਬਾਜ਼ ਹੁੰਦੇ ਆ ਜਿਨ੍ਹਾਂ ਨੂੰ ਸਿੱਖਾਂ ਦੇ ਸੈਨਿਕ ਵਗੈਰਾ ਫੜ ਲੈਂਦੇ ਆ ਠੀਕ ਹੈ ਜੀ ਉਹਨਾਂ ਬਾਜ਼ਾਂ ਨੂੰ ਸਿੱਖਾਂ ਦੇ ਸੈਨਿਕ ਫੜ ਲੈਂਦੇ ਆ ਤੇ ਫਿਰ ਜਦੋਂ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਤਾਂ ਉਹ ਗੱਲਬਾਤ ਤੋਂ ਵੱਧਦੀ ਵੱਧੇ ਲੜਾਈ ਤੱਕ ਪਹੁੰਚ ਜਾਂਦੀ ਹੈ ਠੀਕ ਹੈ ਤਾਂ ਮੁਗਲਾਂ ਵੱਲੋਂ ਕੌਣ ਸੀਗਾ ਜੀ ਇੱਥੇ ਮੁਗਲਾਂ ਵੱਲੋਂ ਸੀਗਾ ਜੀ ਮੁਖਲਿਸ ਖਾਨ ਠੀਕ ਹੈ ਜੋ ਯੁੱਧ ਕਰਦੇ ਕਰਦੇ ਹੀ ਮਾਰੇ ਜਾਂਦਾ ਹੈ ਇਹਦੇ ਵਿੱਚ ਗੁਰੂ ਜੀ ਦੀ ਜਿੱਤ ਹੁੰਦੀ ਹੈ ਠੀਕ ਹੈ ਬਸ ਇੰਨਾ ਹੀ ਯਾਦ ਰੱਖਣਾ ਹੈ ਅੰਮ੍ਰਿਤਸਰ ਦੀ ਲੜਾਈ 1634 ਫਿਰ ਹੁੰਦੀ ਆ ਜੀ ਲੈਰਾ ਦੀ ਲੜਾਈ 1634 ਦੇ ਵਿੱਚ ਹੀ ਹੁੰਦਾ ਕੀ ਹੈ ਜੀ ਦੋ ਮਸੰਦ ਸੀਗੇ ਇੱਕ ਸੀਗਾ ਵਕਤਮਲ ਤੇ ਇੱਕ ਸੀਗਾ ਤਾਰਾਚੰਦ ਇਹ ਕਾਬੂਲ afghanistan ਵਾਲੀ ਸਾਈਡ ਤੋਂ ਦੋ ਘੋੜੇ ਲੈ ਕੇ ਆ ਰਹੇ ਸੀਗੇ ਦੋ ਘੋੜੇ ਕਿਉਂਕਿ ਮਸੰਦਾਂ ਨੂੰ ਘੋੜੇ ਦਾਾਨ ਦੇ ਵਿੱਚ ਮਿਲ ਰਹੀ ਸੀ ਤਾਂ ਇਹ ਦਾਾਨ ਦੇ ਵਿੱਚ ਲੈ ਕੇ ਆ ਰਹੇ ਸੀਗੇ ਘੋੜੇ ਇੱਕ ਸੀਗਾ ਦਿਲਬਾਗ ਤੇ ਇੱਕ ਗੁਲਬਾਗ ਠੀਕ ਹੈ ਯਾਦ ਰੱਖਣਾ ਇਹ ਪੁੱਛੇ ਜਾਂਦੇ ਆ ਨਾਮ ਤੇ ਦਿਲਬਾਗ ਤੇ ਗੁਲਬਾਗ ਕੀ ਦੇ ਘੋੜੇ ਸੀਗੇ ਤਾਂ ਆਪਾਂ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਦਾ ਨਾਂ ਲਾਵਾਂਗੇ ਠੀਕ ਹੈ ਤਾਂ ਕਾਬੂਲ ਤੋਂ ਦੋ ਘੋੜੇ ਲੈ ਕੇ ਆ ਰਹੇ ਸੀਗੇ ਰਸਤੇ ਦੇ ਵਿੱਚ ਮੁਗਲਾਂ ਦੀ ਸੈਨਾ ਇਹਨਾਂ ਨੂੰ ਰੋਕ ਲੈਂਦੀ ਹੈ ਉਹ ਕਹਿੰਦੇ ਵੀ ਘੋੜੇ ਤਾਂ ਵਧੀਆ ਠੀਕ ਹੈ ਮੁਗਲ ਇਹਨਾਂ ਤੋਂ ਘੋੜਿਆਂ ਨੂੰ ਖੋ ਲੈਂਦੇ ਆ ਜੀ ਤਾਂ ਇਸ ਕਰਕੇ ਫਿਰ ਲੜਾਈ ਹੁੰਦੀ ਹੈ ਠੀਕ ਹੈ ਲੜਾਈ ਹੁੰਦੀ ਹੈ ਬਠਿੰਡੇ ਦੇ ਨੇੜੇ ਹੀ ਜਗ੍ਹਾ ਹੈਗੀ ਆ ਲਹਿਰਾ ਉੱਥੇ ਹੁੰਦੀ ਹੈ ਇਸ ਕਰਕੇ ਬਠਿੰਡੇ ਦੇ ਨੇੜੇ ਲਹਿਰਾ ਵਿੱਚ ਲੜਾਈ ਹੁੰਦੀ ਹੈ ਤੇ ਮੁਗਲਾਂ ਦੇ ਦੋ ਸੈਨਾਪਤੀ ਹੁੰਦਾ ਇੱਕ ਲੱਲਾ ਬੇਗ ਤੇ ਇੱਕ ਕਮਰ ਬੇਗ ਦੋਨੇ ਮਾਰੇ ਜਾਂਦੇ ਆ ਲੱਲਾ ਬੇਗ ਤੇ ਕਮਰ ਬੇਗ ਦੋਨੇ ਮਾਰੇ ਜਾਂਦੇ ਆ ਇਹਦੇ ਚ ਪਰ ਸਿੱਖਾਂ ਵੱਲੋਂ ਭਾਈ ਜੱਠਾ ਵੀ ਸ਼ਹੀਦ ਹੋ ਜਾਂਦੇ ਹਨ ਠੀਕ ਹੈ ਤਾਂ ਇੱਕ ਇਹ ਲੜਾਈ ਸੀਗੀ ਜੀ ਦੇ ਕੋੜੇ ਫਿਰ ਸਿੱਖਾਂ ਕੋਲ ਹੀ ਰਹੇ ਆ ਯਾਦ ਰੱਖਣਾ ਚਲੋ ਫਿਰ ਅੱਗੇ ਦੇਖਦੇ ਆਪਾਂ ਕਰਤਾਰਪੁਰ ਦੀ ਲੜਾਈ ਠੀਕ ਹੈ ਜੀ ਕਰਤਾਰਪੁਰ ਦੀ ਲੜਾਈ 1635 ਹੁੰਦਾ ਕੀ ਹੈ ਗੁਰੂ ਜੀ ਦੀ ਸੈਨਾ ਦੇ ਵਿੱਚ ਇੱਕ ਮੁਸਲਮਾਨਾਂ ਦੀ ਇੱਕ ਅਲੱਗ ਤੋਂ ਟੁਕੜੀ ਸੀਗੀ ਪਠਾਣਾ ਦੀ ਉਹਦਾ ਸੈਨਾਪਤੀ ਕੌਣ ਹੁੰਦਾ ਸੀਗਾ ਪੈਂਦਾ ਖਾਨ ਪਰ ਪੈਂਦਾ ਖਾਨ ਨੇ ਕੀ ਕਰਿਆ ਸੈਨਾ ਦੇ ਵਿੱਚ ਕੁਝ ਗੜਬੜ ਵਗੈਰਾ ਕਰੀਏ ਤੇ ਕੁਝ ਬਾਜ ਵਗੈਰਾ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਚੋਰੀ ਕਰਕੇ ਆਪਣਾ ਜਿਹੜਾ ਦਮਾਤ ਸੀਗਾ ਪੈਂਦਾ ਖਾਨ ਦਾ ਉਹਨੂੰ ਉਹਨੇ ਦਿੱਤੇ ਠੀਕ ਹੈ ਇਹ ਗੱਲ ਗੁਰੂ ਜੀ ਨੂੰ ਪਤਾ ਲੱਗੀ ਤਾਂ ਉਹਨੂੰ ਪੁੱਛਿਆ ਗਿਆ ਉਹ ਮੁਕਰ ਗਿਆ ਝੂਠ ਬੋਲਣ ਲੱਗ ਗਿਆ ਤਾਂ ਜਦੋਂ ਝੂਠ ਫੜਿਆ ਗਿਆ ਤਾਂ ਉਹਨੂੰ ਪੋਸਟ ਤੋਂ ਕੱਢ ਦਿੱਤਾ ਗਿਆ ਹਟਾ ਦਿੱਤਾ ਗਿਆ ਹੁਣ ਉਹ ਚਲਾ ਗਿਆ ਸਿੱਧਾ ਮੁਗਲ ਬਾਦਸ਼ਾਹ ਕੋ ਠੀਕ ਹੈ ਉਹਦੇ ਨਾਲ ਰਲ ਗਿਆ ਜਾ ਕੇ ਪੈਂਦਾ ਖਾਨ ਠੀਕ ਹੈ ਤਾਂ ਪੈਂਦਾ ਖਾਨ ਨੇ ਦੇਖੋ ਪੈਂਦਾ ਖਾਨ ਨੇ ਗੁਰੂ ਜੀ ਦਾ ਇੱਕ ਬਾਜ ਚੋਰੀ ਕਰਕੇ ਆਪਣੇ ਦਮਦ ਨੂੰ ਦੇ ਦਿੱਤਾ ਸੀ ਜਦੋਂ ਗੁਰੂ ਜੀ ਨੇ ਪੁੱਛਿਆ ਤਾਂ ਉਹ ਝੂਠ ਬੋਲ ਗਿਆ ਝੂਠ ਬੋਲਣ ਕਰਕੇ ਗੁਰੂ ਜੀ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਪੈਂਦਾ ਖਾਨ ਭਾਈ ਮੁਗਲ ਬਾਦਸ਼ਾਹ ਸਹਾਜਾਹਾਂ ਕੋਲ ਚਲੇ ਗਿਆ ਉਹਦੇ ਨਾਲ ਰਲ ਗਿਆ ਹਾਜਾਹਾਨੇ ਫਿਰ ਕੀ ਕਰਿਆ ਪੈਂਦਾਖਾਨ ਤੇ ਨਾਲ ਕਾਲੀਖਾਨ ਦੋਵਾਂ ਨੂੰ ਸਿੱਖਾਂ ਦੇ ਖਿਲਾਫ ਭੇਜਿਆ ਸੈਨਾ ਦੇ ਕੇ ਪਰ ਦੋਨੇ ਦੇ ਦੋਨੇ ਖਤਮ ਟਾਟਾ ਬਾਏ ਬਾਏ ਹੋ ਗਏ ਠੀਕ ਹੈ ਨਾ ਮਤਲਬ ਮਾਰੀ ਗਈ ਫਿਰ ਇੱਕ ਫਗਵਾੜਾ ਦੀ ਲੜਾਈ ਤੁਸੀਂ ਯਾਦ ਰੱਖ ਸਕਦੇ ਹੋ 1635 ਤਾਂ ਐਦਾਂ ਕਰਕੇ ਮਤਲਬ ਕੰਡੀਸ਼ਨ ਹੈ ਜਿਹੜੀ ਮਤਲਬ ਉਸ ਟਾਈਮ ਦੀ ਇਹੋ ਜੀ ਹੋ ਗਈ ਸੀਗੇ ਮਾਹੌਲ ਕਿ ਬਸ ਮੁਗਲਾਂ ਨੂੰ ਬਹਾਨਾ ਹੀ ਚਾਹੀਦਾ ਸੀਗਾ ਲੜਨ ਦਾ ਠੀਕ ਹੈ ਤਾਂ ਲੜਾਈਆਂ ਹੋਈਆਂ ਫਿਰ ਕੀ ਕਰਿਆ ਜੀ ਗੁਰੂ ਫਰਗੋਮੀ ਜੀ ਨੇ ਅੰਮ੍ਰਿਤਸਰ ਵਾਲਾ ਏਰੀਆ ਛੱਡਤਾ ਤੇ ਉਹ ਕਿੱਥੇ ਆ ਕੇ ਰਹਿਣ ਲੱਗੇ ਕੀਰਤਪੁਰ ਕਿੱਥੇ ਆ ਕੇ ਰਹਿਣ ਲੱਗੇ ਕੀਰਤਪੁਰ ਆ ਕੇ ਰਹਿਣ ਲੱਗੇ ਤੇ ਆਪਣੇ ਜੀਵਨ ਦੇ ਜਿਹੜੇ ਅੰਤਿਮ 9 ਸਾਲ ਹੈਗੇ ਆ ਇਹਨਾਂ ਨੇ ਕੀਰਤਪੁਰ ਰੂਪਨਗਰ ਦੇ ਵਿੱਚ ਹੀ ਬਤੀਤ ਕਰਿਆ ਠੀਕ ਹੈ ਉਤਰਾਧਿਕਾਰੀ ਕਿਹਨੂੰ ਚੁਣਿਆ ਤਾਂ ਉਤਰਾਧਿਕਾਰੀ ਇਹਨਾਂ ਨੇ ਚੁਣਿਆ ਜੀ ਆਪਣੇ ਮੁੰਡੇ ਭਾਈ ਗੁਰਤੀ ਗੁਰਦਿੱਤਾ ਦੇ ਪੁੱਤਰ ਹਰੀ ਰਾਏ ਜੀ ਨੂੰ ਕਿਹਨੂੰ ਚੁਣਿਆ ਹਰੀ ਰਾਏ ਜੀ ਨੂੰ ਚੁਣਿਆ ਠੀਕ ਹੈ ਯਾਦ ਰੱਖਣਾ ਤੇ ਗੁਰੂ ਹਰਰਾਏ ਜੀ ਬਣਦੇ ਆ 7ਵੇਂ ਗੁਰੂ ਓਕੇ ਠੀਕ ਹੈ ਜਿਹੜਾ ਕਿ ਆਪਾਂ ਨੈਕਸਟ ਕਲਾਸ ਦੇ ਵਿੱਚ ਪੜਾਂਗੇ ਤੇ 3 ਮਾਰਚ 1644 ਨੂੰ ਕੀਰਤਪੁਰ ਵਿਖੇ ਹੀ ਜੋਤੀ ਜੋਤ ਸਮਾ ਜਾਂਦੇ ਆ। ਤੁਹਾਡੇ ਵਾਸਤੇ ਕੁਸ਼ਚਨ ਇਹ ਵੀ ਹੈ ਇਹ ਕੁਸ਼ਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਦਾ ਸੱਤਵੇਂ ਗੁਰੂ ਗੁਰੂ ਹਰ Rai ਜੀ ਦੇ ਨਾਲ ਕੀ ਰਿਸ਼ਤਾ ਸੀ ਠੀਕ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਓਕੇ ਤਾਂ ਅੱਜ ਆਪਾਂ ਨੇ ਕੀ ਕੀ ਪੜਿਆ ਬਈ ਅੱਜ ਆਪਾਂ ਨੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੂੰ ਪੜਿਆ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਦੀ ਲਾਈਫ ਨੂੰ ਡਿਸਕਸ ਕਰਿਆ ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਉਹ ਆਪਾਂ ਨੇ ਮੈਨ ਮੈਨ ਸਾਰੇ ਕਰੇ ਹੋਏ ਆ ਠੀਕ ਹੈ ਇਹਦੇ ਵਿੱਚ ਡਿਸਕਸ ਕਰ ਰਹੇ ਆ ਇਸ ਤੋਂ ਇਲਾਵਾ ਜੇ ਵੀ ਜੇ ਕੋਈ ਹੋਰ ਪੁਆਇੰਟ ਵਗੈਰਾ ਹੈਗੇ ਆ ਤਾਂ ਆਪਾਂ ਜਦੋਂ ਪ੍ਰੈਕਟਿਸ ਕਰਾਂਗੇ ਮੈਂ ਸਾਰੇ ਕੁਐਸਚਨ ਉੱਥੇ ਕਵਰ ਕਰ ਦੋ ਠੀਕ ਹੈ ਬਾਕੀ ਜਿਹੜੇ ਗੁਰੂ ਸਾਈਬਾਂ ਦੇ ਹੈਗੇ ਆ ਆਪਾਂ ਨੈਕਸਟ ਕਲਾਸ ਦੇ ਵਿੱਚ ਪੂਰੇ ਕਰ ਲਾਂਗੇ ਠੀਕ ਹੈ ਬਾਕੀ ਵੀਡੀਓ ਸੀਰੀਜ਼ ਕਿਹੋ ਜਿਹੀ ਲੱਗ ਰਹੀ ਹੈ ਕਮੈਂਟ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਚੈਨਲ ਨੂੰ ਜਿਹੜੇ ਤੁਹਾਡੇ ਯਾਰ ਮਿੱਤਰ ਹੈਗੇ ਆ ਉਹਨਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਹੈ ਓਕੇ ਥੈਂਕ ਯੂ